ना कभी पानी ना कभी अन्न। एक पुराना दरख्त उन्होंने मोर्चे के तौर पर वर्तन लगा साडा बापू ज्ञानी जी गुसारा करिया जे कहना चाहिए सी वर्तन लगे तुसी वर्तन लगा क्यों कहा तुहानू इन्नी अकल नहीं आई तुसी कहना सी वर्तन लगे ते तुसी ओह गल कर लगे ना पिंडू पिंडुआ वाली वर्तन लगा कले वर्तन लगा बबदा भला मैं वर्तन लगा तां क्या वर्तन लगे ओहदे वर्गे भी होर होणगे वर्तन लगा तां क्या भी इहदे वर्गा ही होवे एक वचन सिंगुलर ਤੁਸੀਂ ਪੜ੍ਹੇ ਲਿਖੇ ਹੋ ਪਲੂਰਲ ਬਹੁ ਵਚਨ ਹੁੰਦਾ ਵਰਤਣ ਲੱਗੇ ਤਾਂ ਨਹੀਂ ਆਖਿਆ ਵੀ ਇਹਦੇ ਵਰਗੇ ਹੋਰ ਕੋਈ ਨਹੀਂ ਵਰਤਣ ਲੱਗਾ ਤਾਂ ਆਖਿਆ ਵੀ ਇਹਦੇ ਵਰਗਾ ਕੇਵਲ ਤੇ ਕੇਵਲ ਇਹ ਹੈ ਸ਼ਬਦ ਪੜ੍ਹਨਾ ਹੈ ਮਿੱਤਰ ਪਿਆਰੇ ਉਦਾਹਰਨ ਨੀਤਾਂ ਦਾ ਕਹਿਣਾ ਇਹਦੇ ਤੋਂ ਪਹਿਲਾਂ ਜਿਹੜੀ ਅੱਜ ਕੱਲ੍ਹ ਪੜ੍ਹਿਆ ਲਿਖਿਆ ਦੀ ਗੱਲ ਹੈ ਜਦੋਂ ਕੋਈ ਕੰਮ ਕਰਨਗੇ ਤੇ ਭੁੱਲ ਜੇ ਤੇ ਕਹਿੰਦੇ ਪਲੀਜ਼ ਸੌਰੀ ਇਹ ਪਤਾ ਨਹੀਂ ਬੜਾ ਕਿੱਥੋਂ ਆ ਗਈ ਸਾਨੂੰ ਸੌਰੀ ਚੁੱਭੜ ਗਈ ਬੜੀ ਸੌਰੀ ਕਹਿਣੀ ਕਿ ਬੜੇ ਬੜੇ ਪਏ ਹੁਣ ਉਦੋਂ ਅੰਗਰੇਜ਼ੀ ਪ੍ਰਚਲਿਤ ਨਹੀਂ ਸੀ ਫਾਰਸੀ ਸੀ ਅਰਬੀ ਦਾ ਜ਼ੋਰ ਸੀ ਮੇਰੇ ਗੁਰਦੇਵ ਨੇ ਸੌਰੀ ਨਹੀਂ ਆਖਿਆ ਕਹਿਣ ਲੱਗੇ ਬੇ ਵਹਿ ਨੂੰ ਦਰਅਸਲ ਮੈਂ ਭੁੱਲ ਚੱਲਿਆ ਸਰ ਗੁਰੂ ਭੁੱਲਦਾ ਨਹੀਂ ਮੈਂ ਅਕਾਲ ਮੈਂ ਕੇਸਗੜ੍ਹ ਸਾਹਿਬ ਦਇਆ ਸਿੰਘ ਨੂੰ ਆਖਿਆ ਸੀ ਵੀ ਇਸ ਅੰਮ੍ਰਿਤ ਦੇ ਬਦਲੇ ਪਰਿਵਾਰ ਦਿਆਂਗਾ ਅੱਜ ਨੌ ਪੋਹ ਹੈ मैं महीने नहीं पंगने मैं वरे नहीं पंगने केवल दे केवल चार दिन तेरे को आधारे मंगदा मेरे छोटे लाल मेरी मां तेरी गोदी चो वेगी ते दया सिंह मैं कह दिता पे दया सिंह अम्मा ते पुत्रां दा खून दे के मैं लेखा वर्गा पूरा साफ कतर दे कर देंगा पर जे तेरे हिसाब के मुताबिक कि कसर बाकी रह गई ना ਤੂੰ ਨਦੇੜ ਮੇਰੇ ਨਾਲ ਹੋਣਾ ਜਦੋਂ ਗੁਲਖਾ ਮੇਰੀ ਬੱਕੀ ਦੀ ਛੁਰਾ ਮਾਰੇਗਾ ਨਾ ਉਦੋਂ ਥੱਲੇ ਬਾਟਾ ਕਰਕੇ ਤੇ ਮੇਰੀ ਖੂਨ ਨਾਲ ਭਰ ਕੇ ਵੇਖ ਲਈ ਵੀ ਅਜੇ ਲੇਖਾ ਜੋਖਾ ਪੂਰਾ ਹੋਇਆ ਕਿ ਨਹੀਂ ਹੋਇਆ ਇਹ ਉਹ ਬਾਪੂ ਦਾ ਸਥਾਨ ਹੈ ਜਿੱਥੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਕਦੇ ਸੀਸ ਆਇਆ ਸੀ ਉਸ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜਾ ਆਗਮਨ ਗੁਰੂ ਕੀ ਮਹਿਲਾ ਚ ਹੋਇਆ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਕਿਸੇ ਨੇ ਕੰਨ ਚ ਆ ਕੇ ਸੇਵਾਦਾਰ ਨੇ ਆਖਿਆ ਵੀ ਪਾਤਸ਼ਾਹ ਤੁਹਾਨੂੰ ਵਧਾਈ ਹੋਵੇ ਤੁਹਾਡੇ ਘਰ ਸਾਹਿਬ ਜ਼ਿਆਦਾ ਆਇਆ ਇੱਥੇ ਮੈਂ ਹੋਰ ਇੱਕ ਬੇਨਤੀ ਕਰਾਂ ਆਪਣੇ ਸਮੁੱਚੇ ਭਾਈਚਾਰੇ ਨੂੰ ਜੇ ਆਪਾਂ ਹੱਦ ਵਿੱਚ ਖੇਡ ਕੇ ਨਾ ਤੇ ਪਲੇਟ ਦੇ ਨੰਬਰ ਪੂਰੇ ਬਣਦੇ ਜੇ ਮਾੜਾ ਜਿਹਾ ਲੱਗੇ ਤੋਂ ਬਾਹਰ ਹੋ ਜਾਈਏ ਤੇ ਨੰਬਰ ਸਾਰੇ ਕੱਟੇ ਜਾਂਦੇ ਹਨ ਮੈਂ ਮੰਜੀ ਸਾਹਿਬ ਤਕਰੀਬਨ ਬੋਲਦਾ ਮੇਰੇ ਮੂੰਹ ਤੇ ਬੜਾ ਉਹ ਚੜਿਆ ਹੋਇਆ ਚਿਮਚਾ ਗਿਰੀ ਇਹ ਮੇਰੇ ਤਕੀਆ ਕਲਾਮ ਹੈ ਜਿਹਨਾਂ ਦਾ ਚਿਮਚਾ ਗਿਰੀ ਵਾਲਾ ਸੁਭਾਅ ਕਹਿਣ ਕੇ ਗਿਆਨੀ ਵੀ ਤੁਹਾਡੇ ਕਿੰਨੇ ਸਾਹਿਬ ਜਾਦੇ ਹਨ ਅੱਗ ਲੜ ਜਾਓ ਅੱਗ ਲੱਗ ਜਾਓ ਜਵਾਨ ਨੂੰ ਕਿਉਂ ਅਸੀਂ ਕਹਿੰਦੇ ਜੀ ਤਿੰਨ ਜਾਂ ਦੋ ਰਹੇ ਗੁਰਮੁਖੋ ਸਾਹਿਬ ਜਾਦੇ ਕੇਵਲ ਤੇ ਕੇਵਲ ਸਾਹਿਬ ਤੇਰੇ ਸਾਡੇ ਘਰ ਕੇਵਲ ਤੇ ਕੇਵਲ ਬੇਟਾ ਜਾਂ ਅਸੀਂ ਪੁੱਤਰ ਕਹਿ ਸਕਦੇ ਹਾਂ ਇੰਨੀ ਖੁਸ਼ਾਮਦ ਨਾ ਕਰਿਆ ਕਰੋ ਸਾਹਿਬਜ਼ਾਦੇ ਨਾਲ ਸਾਡੇ ਬੱਚਿਆਂ ਦੀ ਤੁਲਨਾ ਅਸੀਂ ਤਾਂ ਸਾਹਿਬਜ਼ਾਦੇ ਦੀ ਜੁੱਤੀ ਕਰਕੇ ਵੀ ਨਹੀਂ ਸਾਹਿਬਜ਼ਾਦੇ ਕੇਵਲ ਤੇ ਕੇਵਲ ਸਾਹਿਬ ਦੇ ਹਨ ਸਾਹਿਬ ਦਾ ਅਰਥ ਮੈਂ ਪੜ੍ਹਿਆ ਹਿਜ ਹਾਈਨੈਸ ਜਦੋਂ ਅਸੀਂ ਪੜ੍ਹਦੇ ਹਾਂ ਨਾ ਅਨੁਵਾਦ ਇਹ ਅੱਜ ਕੱਲ੍ਹ ਤੁਸੀਂ ਤੁਹਾਡਾ ਜਨਮ ਬਹੁਤ ਵੱਧਦਾ ਹੈ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸਨ ਤੇ ਘਰਾਂ 'ਚ ਖਿਡੌਣਿਆਂ ਦੇ ਕਹਿੰਦੇ ਸੀ ਖਿਡੌਣੇ ਦਾ ਨਾਂ ਲਿਖਿਆ ਮੇਮ ਕੇ ਸਾਹਿਬ ਲਿਖੇ ਅਸੀਂ ਖਿਡੌਣੇ ਵੇਖੇ ਬਚਪਨ ਵਿੱਚ ਮਿੱਟੀ ਦੇ ਖਿਡੌਣੇ ਹੋਣੇ ਤੇ ਕਹਿਣਾ ਇਹ ਮੇਮ ਹੈ ਇਹ ਸਾਹਿਬ ਆ ਜਿਹੜਾ ਸਾਹਿਬ ਨਾਲ ਦੇ ਟੋਰ ਹੋਣਾ ਮੁੜ ਕੇ ਹੌਲੀ ਹੌਲੀ ਖਤਮ ਹੋ ਕੇ 17 ਸਾਲ ਬਾਅਦ ਜਿਹੜਾ ਸਾਹਿਬ ਹੁੰਦਾ ਨਾ ਉਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਸਾਹਿਬ ਪੰਜਾਬੀ ਦਾ ਲਫ਼ਜ਼ ਹੈ ਤੇ ਅੰਗਰੇਜ਼ੀ ਵੀ ਇਹਦਾ ਅਰਥ ਹੈ ਹਿਜ ਹਾਈਨੈਸ ਹਿਜ ਹਾਈਨੈਸ ਦੇ ਨਾਲ ਸਾਡੀ ਤੁਲਨਾ ਨਹੀਂ ਹੋ ਸਕਦੀ ਸਾਹਿਬਜ਼ਾਦੇ ਕੇਵਲ ਸਾਹਿਬ ਦੇ ਹਨ ਸੇਵਾਦਾਰ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਹ ਸੁਨੇਹਾ ਦਿੱਤਾ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਕੇ ਮਹਿਲਾ ਚ ਗਾਇ ਇੱਕ ਪੜ੍ਹਿਆ ਲਿਖਿਆ ਦੀ ਬੋਲੀ ਹੈ ਕਮਲ ਈਵਨ ਸਕਾਸ ਦੇ ਸ਼ੈਡੋ ਨੂੰ ਹੋਰ
ਹੋਣ ਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਗ। ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਪਹਿਲੇ ਚਾਰ ਸਾਹਿਬਜ਼ਾਦੇ ਸਨ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਾਲ ਰਾਏ ਤੇ ਸਤਿਕਾਰਯੋਗ ਬੀਬੀ ਵੀਰੋ ਜੀ। ਸਾਰਿਆਂ ਤੋਂ ਛੋਟੇ ਸਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ। ਇਤਿਹਾਸ ਕਹਿੰਦਾ ਹੈ, ਤੁਸੀਂ ਜੇ ਕਿਸੇ ਗੁਰਮੁਖ ਨੇ ਪੜ੍ਹਨਾ ਤਾਂ ਤੁਸੀਂ ਬੱਚੇ ਵਿਦਿਆਰਥੀ ਤੁਹਾਡੇ ਕੰਮ ਗੱਲ ਆਵੇਗੀ। ਜਦੋਂ ਪਾਤਸ਼ਾਹ ਦੀ ਤੀਸਰੀ ਸ਼ਤਾਬਦੀ ਬਣਾਈ ਗਈ ਨਾ ਸ਼ਹੀਦੀ, ਉਦੋਂ ਕੁਝ ਸਮੁੱਚੇ ਵਿਦਵਾਨਾਂ ਰਲ ਕੇ ਗ੍ਰੰਥ ਲਿਖਿਆ ਸੀ, ਗੁਰੂ ਤੇਗ ਬਹਾਦਰ ਸਿਮਰਤੀ ਗ੍ਰੰਥ। ਇੱਕ ਦੋ ਨਹੀਂ, ਪਤਾ ਨਹੀਂ ਕਿੰਨੇ ਵਿਦਵਾਨਾਂ ਨੇ ਰਲ ਕੇ ਲਿਖਿਆ ਤੇ ਮੈਂ ਉਹਦੇ ਵਿੱਚ ਪੜ੍ਹਿਆ ਗੁਰੂ ਤੇਗ ਬਹਾਦਰ ਸਿਮਰਤੀ ਗ੍ਰੰਥ ਵਿੱਚ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਿੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਨਾ ਕਮਰੇ ਵਿੱਚ, ਜੋ ਵੀ ਜਗ੍ਹਾ ਆਵੇਗੀ, ਸਤਿਗੁਰੂ ਅਰਜਨ ਸੱਚੇ ਪਾਤਸ਼ਾਹ ਗਏ ਤੇ ਉਹਨਾਂ ਆਪਣੇ ਸਾਹਿਬਜ਼ਾਦੇ ਨੂੰ ਮੱਥਾ ਟੇਕਿਆ ਤੇ ਮੈਂ ਆਪਣੀ ਸੇਫਟੀ ਲਈ ਤੁਹਾਨੂੰ ਗ੍ਰੰਥਾ ਨਾਮ ਦੱਸਿਆ ਵੀ ਜਿਹਨੂੰ ਸ਼ੰਕਾ ਹੋਵੇ ਜੇ ਸਹਿਤ ਤਾਂ ਫਿਰ ਠੀਕ ਹੈ, ਪਰ ਜੇ ਸ਼ੰਕਾ ਹੋਵੇ ਤਾਂ ਤੁਹਾਨੂੰ ਉਸ ਗ੍ਰੰਥ ਨੂੰ ਤੁਸੀਂ ਪੜ੍ਹ ਸਕਦੇ ਹੋ, ਗੁਰੂ ਤੇਗ ਬਹਾਦਰ ਸਿਮਰਤੀ ਗ੍ਰੰਥ ਜਿਹੜਾ ਪਾਤਸ਼ਾਹ ਦੀ ਤੀਸਰੀ ਸ਼ਤਾਬਦੀ ਦੇ ਮੌਕੇ ਛਾਪਿਆ ਗੁਰੂ ਪੰਥ ਨੇ। ਜਦੋਂ ਸਾਹਿਬਜ਼ਾਦੇ ਨੂੰ ਮੱਥਾ ਟੇਕ ਕੇ ਪਾਤਸ਼ਾਹ ਬਾਹਰ ਆਏ ਨਾ ਤੇ ਬਾਬਾ ਬਿਧੀ ਚੰਦ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਤਕਰੀਬਨ ਨਾਲ ਹੀ ਰਹਿੰਦੇ ਸਨ, ਮੈਂ ਉਹਨਾਂ ਦਾ ਜੀਵਨ ਦਾ ਜੋ ਮੁਤਾਲਿਆ ਕੀਤਾ ਉਹ ਇਹ ਕੀਤਾ, ਬੜੇ ਦਲੇਰ, ਬੜੇ ਹਸਮੁਖ ਤੇ ਲਾਜ ਤੋਂ ਕੋਹਾਂ ਦੂਰ। ਆਪਾਂ ਕੋਈ ਵੀ ਕੰਮ ਕਰੀਏ ਤੇ ਪਹਿਲਾਂ ਇਹਨੂੰ ਕਹਿੰਦੇ ਪ੍ਰੋਫਿਟ ਤੇ ਲੋਸ, ਪੇਜ ਪ੍ਰੋਫਿਟ ਕਿੰਨਾ ਹੋਵੇਗਾ, ਲੋਸ ਕਿੰਨਾ ਹੋਵੇਗਾ, ਇਹ ਆਪਾਂ ਹਰ ਗੱਲ 'ਚ ਵੇਖਦੇ ਹਾਂ। ਪਰ ਯਾਦ ਰੱਖਿਆ ਜੀ ਕਾਕਿਓ, ਆਪ ਗਵਾਈਏ ਤਾਂ ਸ਼ਹੁ ਪਾਈਏ ਔਰ ਕੈਸੀ ਚਤਰਾਈਏ, ਸ਼ਹੁ ਨਦਰ ਕਰ ਦੇਖੇ ਸੋਧਨ ਲਿਖੇ ਕਾਮਣ ਨੌਂ ਦਪਾਈ। ਮੈਂ ਜ਼ੋਰ ਤਾਂ ਦੇ ਰਿਹਾ, ਤੁਸੀਂ ਵਿਦਿਆਰਥੀ ਹੋ, ਕਾਮਣ ਤੇ ਕਾਮਣ ਦਾ ਫਰਕ ਹੈ। ਆਪਾਂ ਗੁਰਬਾਣੀ ਪੜ੍ਹਦੇ ਹੋ, ਤੁਸੀਂ ਇਹਦੇ ਬੱਚੇ ਹੋ, ਤੁਸੀਂ ਇਸ ਲੈਣ ਵਿੱਚ ਵਿਚਰਨਾ। ਜਿੱਥੇ ਕਾਮਣ ਸ਼ਬਦ ਆਵੇਗਾ ਉੱਥੇ ਅੱਧ ਲੱਗਦਾ ਮੈਜਿਕ ਪੂਰਾ ਜਾਦੂ, ਤੇ ਜਿੱਥੇ ਇਸਤਰੀ ਹੈ ਨਾ ਔਰਤ ਉਹਦਾ ਪ੍ਰੋਨਸੀਏਸ਼ਨ ਕਾਮਣ, ਕੱਕੇ ਨਾਲ ਜਵਾਨ ਟਕਰਾਉਣੀ ਤੇ ਫਿਰ ਬਣੇਗਾ ਕਾਮਣ, ਜੇ ਕਾਮਣ ਪੜੋਗੇ ਫਿਰ ਬਣ ਜਾਏਗਾ ਜਾਦੂ ਟੂਣਾ ਮੈਜਿਕ ਵਗੈਰਾ। ਤੇ ਕਿਉਂਕਿ ਮੈਂ ਤੁਹਾਡੇ ਤੇ ਤਾਂ ਜੋੜਦਾ, ਤੁਸੀਂ ਵਿਦਿਆਰਥੀ ਬੱਚੇ ਹੋ, ਤੁਸੀਂ ਜ਼ਿੰਦਗੀ 'ਚ ਵਿਚਰਨਾ। ਮੇਰੇ ਪਾਤਸ਼ਾਹ ਨੇ ਮੱਥਾ ਟੇਕਿਆ ਤੇ ਬਾਬਾ ਬਿਧੀ ਚੰਦ ਨੇ ਬੇਨਤੀ ਕੀਤੀ, ਪਾਤਸ਼ਾਹ ਮੈਂ ਇੱਕ ਜੀਵੋ ਗਰੀਬ ਘਟਨਾ ਦੇਖੀ ਹੈ। ਹਜ਼ੂਰ ਕਹਿੰਦੇ ਦੱਸੋ ਵੀ ਪਾਤਸ਼ਾਹ ਸਾਰਾ ਸੰਸਾਰ ਤੁਹਾਨੂੰ ਝੁਕਦਾ ਤੇ ਮੈਨੂੰ ਆਪਣੀ ਅੱਖਾਂ ਤੇ ਵਿਸ਼ਵਾਸ ਹੀ ਨਹੀਂ ਆ ਰਿਹਾ ਵੀ ਤੁਸੀਂ ਆਪਣੇ ਸਾਹਿਬਜ਼ਾਦੇ ਨੂੰ ਮੱਥਾ ਟੇਕਿਆ। ਸਤਿਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਬਿਧੀ ਚੰਦ ਨੂੰ ਬਹੁਤ ਪਿਆਰ ਕਰਦੇ ਸਨ, ਬਹੁਤ ਜ਼ਿਆਦਾ। ਉਹਦਾ ਪਤਾ ਕਾਰਨ ਕੀ ਹੈ? ਜਦੋਂ ਬਾਬਾ ਬਿਧੀ ਚੰਦ ਜੀ ਦੂਜਾ ਘੋੜਾ ਲੈ ਕੇ ਗਏ ਨੇ ਮਹਾਰਾਜ ਗੁਰੂ ਸਾਹਿਬ ਮਹਾਰਾਜ ਤੇ ਸਤਿਗੁਰੂ ਅਰਜਨ ਸੱਚੇ ਪਾਤਸ਼ਾਹ ਕਹਿਣ ਲੱਗੇ, ਬਿਧੀ ਚੰਦ ਅਸੀਂ ਤੇਰੇ ਤੇ ਬੜੇ ਖੁਸ਼ ਹਾਂ, ਜੋ ਮੰਗਣਾ ਮੰਗ। ਤੇ ਅੱਜ ਕੱਲ੍ਹ ਜੇ ਕਿਸੇ ਨੂੰ ਆਖੀਏ ਨਾ ਵੀ ਜੋ ਮੰਗਣਾ ਮੰਗ ਤੇ ਕਹਿਣਗੇ ਸਾਨੂੰ ਮੁਹਾਲੀ ਪਲਾਟ ਲੈ ਦੇ, ਅੱਗ ਲੱਗ ਜੇ। ਮੈਂ ਨਾ ਮੁਹਾਲੀ ਪਤਾ ਨਹੀਂ ਨਵਾਂ ਨੇ ਕੁਛ ਲੱਭ ਰਿਹਾ, ਕਿਸੇ ਨੂੰ ਆਖੀਏ ਨਾ ਕਹਿਣਗੇ ਮੁਹਾਲੀ ਪਲਾਟ ਲੈਣਾ, ਬੜੀ ਦੌੜ ਹੈ। ਮੈਂ ਕਹਿੰਦਾ ਵੀ ਕੁਝ ਮਾਨਾ ਹੁੰਦਾ ਤੇ ਸ਼ਾਇਦ ਮੁਹਾਲੀ ਦਾ ਪੁਰਾ ਬਾਬਾ ਵੀ ਜਦ ਕਹਿੰਦਾ ਕਿ ਮੈਨੂੰ ਸ਼ੇਰ ਚਾਹੀਦਾ। ਗੁਰਦੇਵ ਨੇ ਆਖਿਆ ਨਾ ਵੀ ਅਸੀਂ ਤੇਰੇ 'ਤੇ ਬੜੇ ਖੁਸ਼ ਹਾਂ, ਉਹਨੇ ਕੁਛ ਨਹੀਂ ਮੰਗਿਆ। ਕਹਿਣ ਲੱਗੇ ਕਿਵੇਂ? ਮੈਂ ਜੇ ਬੇਨਤੀ ਕੀਤੀ ਕਿ ਬਾਬੇ ਦਾ ਸੁਭਾਅ ਬੜਾ ਖੁਸ਼ ਸੀ। ਕਹਿਣ ਲੱਗਾ ਵਾਕਿਆ ਖੁਸ਼ ਹੋ? ਹਜ਼ੂਰ ਜੱਫੀ ਪਾ ਕੇ ਵੁੱਟ ਫੜ ਕੇ ਕਹਿਣ ਲੱਗੇ, ਬਿਧੀ ਚੰਦ ਦਾ ਕੋਈ ਸਿਆਣਾ ਬਣ ਤੈਨੂੰ ਸ਼ੱਕ ਹੈ? ਕਹਿਣ ਲੱਗਾ ਪਾਤਸ਼ਾਹ ਜੇ ਤੂੰ ਖੁਸ਼ ਹੈ ਨਾ ਤੇ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਤੇਰੀ ਖੁਸ਼ੀ ਹੈ। ਆਪਾਂ ਸਿੱਖਾਂ ਮੇਰੀ ਗੱਲ ਦਾ ਧਿਆਨ ਦਿਆਂ ਜੇ, ਆਪਾਂ ਕੇਵਲ ਤੇ ਕੇਵਲ ਗੁਰੂ ਦੀ ਖੁਸ਼ੀ ਮੰਗੀਏ, ਸਭੇ ਕਾਰ ਸੁਹੇਲੇ ਥੀਏ ਗੁਰੂ ਨਾਨਕ ਸਦਗੁਰ ਤੁਠਾ, ਇਹਦਾ ਅਰਥ ਖੁਸ਼ੀ। ਜਦੋਂ ਗੁਰੂ ਨਾਨਕ ਪਾਤਸ਼ਾਹ ਖੁਸ਼ ਹੋ ਗਿਆ ਨਾ ਉਦੋਂ ਆਟੋਮੈਟਿਕਲੀ ਸਾਰੇ ਦੇ ਕਾਰ ਤ੍ਰਾਸ ਹੋ ਜਾਣਗੇ। ਲੋੜ ਤਾਂ ਗੁਰੂ ਨੂੰ ਖੁਸ਼ ਕਰਨ ਦੀ ਹੈ। ਤੇ ਉਹਨੇ ਫਿਰ ਪਤਾ ਕੀ ਮੰਗਿਆ ਸੀ?
नाम का रंग जी खुश है ना, नाम का रंग साध का संघ नेचा पन परश पातशाह मेरा नेचा डोले ना। ये गल फिर पासू आ गई। गुरमुखो समा अपनी चाल चलिया, बाबे गुरदित्ते का विआह होया, वह वड्डे सन अपने भरावां दे विचों। जदों जन चढ़ी ना मैं बेनती की है दो रूल का क्रैडल क्रैडल का वर्ल्ड जेड़े भूड़िया के राज कर दिए दुनिया के राज कर दिए कमिंग इंग्लिश कास्ट के शैडो होर आने वाली घटनावान का पहला पता चल जाता है एकदम क्लियर हूँ। बाबे गुरदित्ते की जंग चढ़ी, धन गुरु तेग बहादुर पातशाह महाराज के भरा का विआह है। एक मेरे वर्गा गरीबा का बच्चा पैसे चुगन लिए आया, हुण सारा कुछ बदली जाता है। कई ने वेख्या जो जंग चढ़ती सी ना, जब जोड़ी विदा होंगी सी काके का विआह डोली उपर जो विआह वाले काके उपर पैसे सुट के होंगे सन। हुण वह जमाना बदल गया है, हुण जिधर गाउण दे गाउण वाली आउंदी है ना उधर 500 दे नोट सुटदे ने, उहदे उत्ते पता नहीं भूआ दी धी नवीं कित्थों आ गई। मैनू कई बड़े आंदे ज्ञानी जी ना क्या करो, मैं तां कहिंदा जो ज्ञान जिधर रागी सिंह कहिंदा ना कि 11,000 लवांगे मैं रागियां नूं विकास नहीं जे कर लगा भी पता नहीं ज्ञानी नूं रागियां ने आखिया भी ज्ञानी तुसीं बोलिया जे जे रागी जी कहिंदे ने 21,000 लवांगे ते गड्डी बेचारियां दी आपणी दी कहिणगे ज्ञानी जी रागी बड़े भुखे हो गए। कोई बंदा दसे कि किसी रागी को 500 रुपये मत्था गया तीकर कर दिया, एक बंदा दसे जिदन गाउण वाली आउंदी ना उधर 500 के रोड के नवीं कापियां सुटन गए जिवें भूआ दे पुत्ता विआह जां भूआ दी धी दा विआह। मेरी गल ते ध्यान रखो, मेरी गल नूं चिथिया नहीं चिथिया रहा। हुणे रागी सिंह पढ़ के गए नाटक चेट कतलीए कुकाजा प्रभ लोगन के आपत राजा। असीं नाटकां ने चेड़कां ने मौके ते खुश होंदे ते गुरबाणी सानूं चंगी लगदी। मैं नाटक जिहड़ा व्याख्या करां ना टाइम लग जाएगा, नाटक दा ड्रामा चेड़े दा अर्थ जादू दा जादू वाला खेल। असीं खेलां नूं ते ड्रामियां नूं पहल देंदे आ ते कलगीधर पातशाह तां कहिंदे रब दे घर इह काम करदे शर्म आउंदी है, इहदा फिर भाव असीं विछड़ वी हो गए ना हर देव बढ़ गए। आपां शब्द श्रवण किया बचेता नाटक की पंक्ति रागी सिंह पढ़ के गए ने, नाटक नाम है ड्रामे कहते ना का ना टिकट वाला बिच बदल देते हैं सीन, इस करके नाटक ते चेड़ता था मन प्रचावा। ये रब के प्यारियां वास्ते ये काम करद शर्म आई ते ककाजा तो भाव है ये निकम्मा काम ने काज कहते हैं काम को, ते ककाजा तो भाव खोटा करा ते सानू पूरा जी नहीं छकदी जान चढ़ी। गरीबां दे बच्चे आए बेचारे पैसे चुकन दी, एक बच्चे दे गल च कपड़ा भी नहीं नंगा बिलकुल दयालु है ना जगतीक बाले पातशाह। इन्हां बारे भी लिखिया तेग बहादुर सिंह कर नौ नद्या विधाया नीति का खुला माया की अतोड़ता रब पढ़ते रिद सिद्ध पढ़ते रिद सिद्ध नौ मिद रिद का अर्थ होंगे अन्न च बरकत अन्न की अतोड़ता, सिद्ध का अर्थ होंगे कि जो वचन कहना पूरा हो जाना, ते नित का अर्थ है इकनोमी करी हर तरह की मजबूती उड़नी। नित नाम है पैसों का, गुरु तेग बहादुर का नाम है ते गुरमुखा दुनिया के पदार्थ तेरे कर भजे आने ताए तो भाव दौड़ क्यों के ताए कहते दौड़ नू गल क्यों कही। धन गुरु तेग बहादुर पातशाह महाराज ने अपना चोला ला के चोला उस बच्चे को देता। कदों की गल है जदों वड्डे भरा की जंग चढ़ी है जंग हो सकता और 4 साल की हो जो अपना चोड़ा ला के आए ना
ते माता जी कह लगे लाल माता नानकी जी कहिंदे लाल तेरे वीर की जंगता जो शहर बार भी हुई तो तू किसी अपना चोला ला के दे आया है। नमस्कार गुरु तेग बहादुर पातशाह लखा वीरां कह लगे मां मैं की करा मैथों नंगा जलिया नहीं गया मैनू तो तू दे देगी। मेरा मन चाहता सी कि शादा उन्हें पता नहीं उन्होंने को देवे कि ना देवे। उदों की गल है जो चार साल उम्र सी चार साल ये लिखत विच गल है लिखत विच मेरा गुरदेव किसी नंगियां बर्दाश्त ही नहीं कर सकता। उस समय की घटना जिवें बच्चे खेलते हैं ना एक बच्चा गुरु तेग बहादुर पातशाह रोजाना खेडिया करे उन फोड़ी हो गए हूँ तो आप गुड़ खाते नहीं ना हूँ आ बच्चों को कहीं गुड़ दौ ना तो नहीं खाने तो पकौड़े दिए तो मिठी पैन खाने सारे साढ़ा खून ही बदल गया। ये सच्ची गल कि बिल्कुल पुछ के देखो निके निके सर मिठे बड़ा जी करता से अज के बच्चों को मिठा दो तो मूँह मरोड़ के पकौड़े रखो तो खा लगे भावें उनकी चीक मारी जा खून बदल गया। बहुता गुड़ खाण करके पूरी होंगे सर मशहूर गल है मशहूर हूँ तो ना गुड़ खावे तो ना खुआवे पहली गल तो हम सारा बंदे फूड हो गए हैं क्योंकि अद्धे 40% का शुगर ना पहले कम सैट है बंदे खंड हो गए हैं शुगर कहते खंड बंदे खंड हो गए खंड खाने कहते बंदे खंड हो गए खून ही मिठा हो गया। रहो विचार वो बच्चा गुड़ खाता है तो गुरु तेग बहादुर पातशाह महाराज को बेबे कह लगी महाराज बेनती है तेग बहादुर जी तुहाडा दोस्त गुड़ खाता है इन माड़ा जहा कह दो कि हर जे तो गोड़े रख चढ़ गया उन्होंने नहीं कहा। हफ्ते बाद माता फिर आई तो कह लगी बाबा जी मैं थोड़ा क्योंकि गुरु के साहब जा रहे होने करके ना बाबा जी कहते साडे समाज में जिहड़ा धार्मिक परिवार उन्होंने असं बाबा कहने साढ़े आप मशहूर है बाबा तुम विद्यार्थी हो तुहाडी ग्यारहवीं बेनती करा हिंदुस्तान की किसी बोली तलक बाबा नहीं जे तुम कि पिछावा पढ़ो ना गुरु ग्रंथ साहब जी पातशाह की बाणी के 170 पिछावा हैं बाबा लगी गुरु की जबान का शब्द है हिंदुस्तान की किसी बोली का शब्द नहीं है तो यदा अर्थ है बुजुर्ग बुजुर्ग उम्र करके नहीं बुजुर्ग कर्म करके आता है। जस्ट लाइक बाबा जोरावर सिंह बाबा फतेह सिंह की उम्र 7 साल से 9 साल है इस करके बाबा अध्यात्मक बजुर्ग का सरकार का शब्द है। बाबा जी अपने साथी को कहा नहीं मैं तुम्हें बेनती की कह लगे मित्रा गुड़ ना खाया कर। वो माता कह लगी बाबा जी गल तो इन्नी सी तुसा उस दिन क्यों ना गया। सतगुरु तेग बहादुर पातशाह कह लगे बेबे उदों मैं खाता हफ्ता मैं गुड़ छड के आख्या ता कि तू मैं छड़ांगा दूजे ते असर होगा जिन्ना चिर आप नहीं करता दूजे नूं किवें कहेगा। यह गुरु तेग बहादुर पातशाह की प्रैक्टिकल लाइफ है प्रैक्टिकल अवर उपदेश आप ना करे आप जावत जन्मे मरे एग्जाम्पल इज बैटर दैन परसेप्ट। गुरदेव का जो जीवन वो एग्जाम्पल है महापुरुषों का जीवन एग्जाम्पल है। मैं ये गल कह धोरन च कमात्र संकोच नहीं करता कोई मूँह दे बोले कोई पिछे बोले आम कहते ज्ञानी जी प्रचारक का असर नहीं उदा मेन कारण प्रचारक की प्रैक्टिकल लाइफ नहीं भावें कौड़ा तो भावें मिठा है स्टेज पर आ के कलाकार से बोलते हैं बार कख भी नहीं बंदे की प्रैक्टिकल लाइफ हो प्रभाव लाजमी पाएगा बिल्कुल पाएगा। अज ये गल बिगड़ी है ना तो प्रैक्टिकल लाइफ तो बिगड़ी है प्रैक्टिकल लाइफ तो तुम अरदास करो शहनशाह के अगे पातशाह साड़ी कौम के धार्मिक बंदे धर्मी बन जाए साड़ी पोजीशन है जियो पैड़े बाहरों निर्भर जियो तो मैड़े तो गुरु लिहाजता नहीं करता कहते तीन ही जन्म जुए आ रहा तो वो बेसूले हुए क्यों की कारण है। वो कहते ये तिशना वड्डा रोग लगा भी ढेरी वड्डी हुई कि नहीं पी
ਜੇ ਤਾਂ ਵੱਡੀ ਢੇਰੀ ਹੋਈ ਤੇ ਕਹਿਣ ਲੱਗਾ ਸੀਸ ਕਰੀ ਕਥਾ ਕਰਕੇ ਨਾਗ ਨਜ਼ਾਰਾ ਆ ਗਿਆ ਤੇ ਭੁੱਖ ਨਿਕਲ ਜਾ ਤੇ ਜੇ ਨਹੀਂ ਤੇ ਕਹਿਣ ਗਿਆ ਤਾਂ ਠੰਡ ਬੜੀ ਸੀ ਹਨੇਰਾ ਵੀ ਸੀ ਰਿਸਕ ਹੀ ਲਿਆ ਫਿਰ ਬਣਿਆ ਨਹੀਂ ਰਿਸਕ ਲਿਆ ਨਾਮ ਗੁਰੂ ਸਾਹਿਬ ਗਿਆ ਤੇ ਰਿਸਕ ਲੈ ਕੇ ਗਿਆ ਮੈਨੂੰ ਕਈ ਬੰਦੇ ਕਹਿੰਦੇ ਵੀ ਗਿਆਨੀ ਜੀ ਨਾ ਕੌੜਾ ਕੁਝ ਕਿਉਂ ਬੋਲਦੇ ਪਰ ਮੈਨੂੰ ਚਾਹੀਦੀ ਹੈ ਮੈਂ ਕੌੜਾ ਤਾਂ ਬੋਲਦਾ ਕੌੜਾ ਨਹੀਂ ਬੋਲਦਾ ਸੱਚ ਬੋਲਦਾ ਇਹ ਜਿੰਨੇ ਪੈਸੇ ਨੇ ਹੱਥੀਂ ਦਿੱਤੇ ਪੁੱਤਰ ਨੇ ਤਾਂ ਵੀ ਲੈ ਲੈਣੇ ਆ ਤੇ ਜੇ ਬੈਂਕ ਵਿੱਚ ਐਫ ਡੀ ਕਰਾ ਕੇ ਲੋਮਣੀ ਭਾਈ ਤੇ ਉਹਨੇ ਸਾਂਭ ਲੈਣੇ ਨੇ ਲੇਖਾ ਮੈਂ ਦੇਣਾ ਲੇਖਾ ਲੋਮਣੀ ਵਾਲੇ ਨਹੀਂ ਦੇਣਾ ਲੇਖਾ ਤਹਿ ਲਾਉਣ ਵਾਲੇ ਨਹੀਂ ਦੇਣਾ ਇਸ ਕਰਕੇ ਪ੍ਰਾਣਾ ਕਰਿਆ ਕਰੋ ਐਸ ਗੁਰੂ ਦੇ ਸਾਨੂੰ ਖੜੀਏ ਐਸ ਗੁਰੂ ਦੇ ਸਾਨੂੰ ਕਰੀਏ ਯਾਦ ਰੱਖਿਆ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੋਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਲ ਚੜੀ ਸਤਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਗਿਆਨੀ ਜੀ ਕਿਸੇ ਮੌਕੇ ਗਲਤੀ ਹੋ ਜਾਂਦੀ ਜੇ ਮੈਂ ਸਮੇਂ ਦੀ ਮਜਬੂਰੀ ਕਰਕੇ ਗੱਲਾਂ ਨੂੰ ਸੰਕੇਤ ਵੀ ਜਾਂਦਾ ਯਾਦ ਰੱਖਣਾ ਪੰਜਾਬੀ ਦੀ ਕਾਪ ਇਹ ਘੜੀ ਦਾ ਗੁੱਸਾ ਭੜਕਿਆ ਪਿੰਡੂ ਬੋਲੀਏ ਗੁੱਸਾ ਭੁੱਲ ਜਾਣਾ ਵਰਿਆਂ ਦੇ ਜਾ ਪੈਂਦਾ ਜੇ ਗੁਰਦੇਵ ਨੇ ਆਵਾਜ਼ ਮਾਰੀ ਬੋਲੇ ਆ ਘਰੇ ਆ ਤੇ ਘਰ ਵਾਲੀ ਕਹਿੰਦੀ ਜੀ ਘਰੇ ਨਹੀਂ ਤੇ ਮਰਦਾਨਾ ਕਹਿਣ ਲੱਗੇ ਬੀਜੂ ਜੇ ਘਰੇ ਨਹੀਂ ਤੇ ਫਿਰ ਕਦੇ ਵੀ ਨਹੀਂ ਹੋ ਇਤਿਹਾਸ ਹੈ ਸਾਡਾ ਇੱਕ ਆਪਾਂ ਪੜ੍ਹਦੇ ਨਾਲ ਪੁਰਾਣਾ ਦੋਸਤੀ ਕੂੜੇ ਕੂੜੀ ਪਾਏ ਕਰਾਰ ਤੋਂ ਭਾਵੇਂ ਕਮਰਸ਼ੀਅਲ ਸੋਚ ਗੁਰੂ ਅੱਗੇ ਪੈਸੇ ਰੱਖ ਕੇ 10 ਰੁਪਏ ਦੇ ਕਹਿਣ ਆਹ ਵੀ ਦੇ ਦੇ ਆਹ ਵੀ ਦੇ ਦੇ ਆਪਾਂ ਕਰਾਰ ਹਾਂ ਯਾਦ ਰੱਖਣਾ ਪਿਆਰ ਤੇ ਵਪਾਰ ਇੱਕ ਨਹੀਂ ਜੇ ਪਿਆਰ ਕਰਦੇ ਵਪਾਰ ਨਹੀਂ ਜੇ ਵਪਾਰ ਕਰਦੇ ਫਿਰ ਪਿਆਰ ਨਹੀਂ ਯਾਦ ਰੱਖਿਆ ਕਿ ਫਰੀਦਾ ਜਾਨ ਲੱਭ ਤਾਂ ਨਹੀਂ ਹੋ ਪਿਆ ਲੱਭ ਤਾਂ ਕੂੜੇ ਨਹੀਂ ਹੋ ਕਿੱਚਰ ਚੱਤ ਲੰਘਾਈਏ ਛੱਪੜ ਟੁੱਟੇ ਮੈਂ ਹੋ ਭਾਈ ਮਰਦਾਨਾ ਕਹਿਣ ਲੱਗਾ ਬੀਬੀ ਜੇ ਕਰਨੀ ਤੇ ਕਦੇ ਵੀ ਨਹੀਂ ਸੱਪ ਲੜਿਆ ਗੁਰੂ ਵੱਲੋਂ ਗਿਆ ਚੁੱਕ ਕੇ ਲੈ ਗਿਆ ਮੇਰੇ ਗੁਰਦੇਵ ਕਹਿੰਦੇ ਲੇਟ ਹੋ ਗਿਆ ਹੁਣ ਕਰਦੇ ਕਹਿਣ ਲੱਗੇ ਪਾਤਸ਼ਾਹ ਫੇਰ ਵੀ ਤੇਰੀ ਸੰਗਤ ਕੀਤੀ 6 ਮਹੀਨੇ ਨਾਲ ਰਿਹਾ ਕਰਦੇ ਕਿਰਪਾ ਕਹਿੰਦੇ 10ਵੇਂ ਜਾਮੇ ਚ ਕਰਾਂਗੇ ਵੇਖ ਲਓ ਪਹਿਲੇ ਜਾਮੇ ਤੋਂ 10ਵਾਂ ਜਾਮਾ ਕਿੰਨੀ ਦੂਰ ਪੈਂਦਾ ਪਰ ਗਲਤੀ ਇਹ ਕਿ ਗੁਰੂ ਨੇ ਆਵਾਜ਼ ਮਾਰੀ ਆਵਾਜ਼ ਨਾ ਦਿੱਤੀ ਤੇ ਆਪਾਂ ਤਾਂ ਰੋਜ਼ ਗੁਰੂ ਦੀ ਪਰਵਾਹ ਨਹੀਂ ਕਰਦੇ ਆਪਣਾ ਕੀ ਬਣੇਗਾ ਗੁਰੂ ਸਾਡੇ ਤੇ ਕਿਤੇ ਕਿਰਪਾ ਕਰੇ ਤੋ ਗੁਰਮੁਖ ਨੂੰ ਸਮੇਂ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਗੁਰਤਾ ਗੱਡੀ ਦੇ ਸਮਾਏ ਮਾਰ ਹੋਏ ਆ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਪ੍ਰਗਟ ਕਰ ਰਿਹਾ ਸੀ ਨਾ ਤੇ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਦੀ ਥਾਂ ਥਾਂ ਦੀ ਇੱਕ ਸਾਖੀ ਸੁਣਾਈ ਹੈ ਕਿਉਂ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਨੂੰ ਅੜ ਫੋੜੇ ਇਹ ਤਾਂ ਨਵਾਂ ਚੋਲਾ ਹੈ ਨਾ ਜੋ ਤਾਂ ਗੁਰੂ ਨਾਨਕ ਵੀ ਹੈ ਪਹਿਲਾਂ ਹੁਣ ਗਰਮੀ ਸੀ ਆਪਾਂ ਕੱਪੜੇ ਨਰਮ ਪਾਏ ਹੁਣ ਮੋਟਾ ਪਾ ਰਹੇ ਥੋੜ੍ਹਾ ਬੰਦਾ ਬਦਲ ਜਾਏਗਾ ਜੋਤ ਗੁਰੂ ਨਾਨਕ ਦੀ ਹੈ ਅਗਰ ਗੁਰੂ ਤੇਗ ਬਹਾਦਰ ਪਾਤਸ਼ਾਹ ਅੱਡ ਹੋਣ ਤੇ ਪਾਤਸ਼ਾਹ ਦੀ ਬਾਣੀ ਚ ਨਾਨਕ ਪਦ ਨਾ ਹੋਵੇ ਨਾਨਕ ਹੀ ਹੁੰਦਾ ਗੁਰਮੁਖੋ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਸੱਚੇ ਗੁਰੂ ਦੇ ਅੱਗੇ ਸੱਚੇ ਸਿੱਖ ਨੇ ਅਰਦਾਸ ਕੀਤੀ ਆਪਾਂ ਕਿਉਂ ਭੜਕਿਆ ਕਿਉਂ ਦੁਖੀਆਂ ਗੁਰੂ ਅੱਠਵੇਂ ਪਾਤਸ਼ਾਹ ਨੇ ਬਚਨ ਕੀਤੇ ਬਾਬਾ ਬੱਸੇ ਬੀਜ ਬਕਾਲੀ ਬਣ ਗੁਰੂ ਸੰਗਤ ਆਪ ਸੰਭਾਲੇ ਤੇ ਮੇਰੇ ਪਾਤਸ਼ਾਹ ਸੱਚਖੰਡ ਪਿਆਦਾ ਕਰ ਗਏ ਮੱਖਣ ਸ਼ਾਹ ਨੂੰ ਪਤਾ ਚੱਲਿਆ ਜਹਾਜ ਬਾਨੇ ਲੱਗਦਾ ਤੇ ਕਹਿਣ ਲੱਗਾ ਮਨਾ ਗੁਰੂ ਅੱਗੇ ਅਰਦਾਸ ਕਰ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਇਹ ਨਹੀਂ ਵੀ ਕਿਸੇ ਪੀਰ ਅੱਗੇ ਅਰਦਾਸ ਕਰ ਕਿਸੇ ਬੜੀ ਅੱਗੇ ਅਰਦਾਸ ਕਰ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਗੋਣ ਮਹਲਾ ਪੰਜਵਾ ਗੁਰੂ ਗੁਰੂ ਗੁਰ ਕਰ ਮਰ ਮੋਰ ਗੁਰੂ ਬਿਨਾਂ ਮੈਂ ਨਾ ਹੀ ਹੋਰ ਅਰਦਾਸ ਕੀਤੀ ਜਹਾਜ ਬੰਨੇ ਲੱਗ ਗਿਆ ਜਦੋਂ ਬੰਨੇ ਆਇਆ ਤੇ ਆਪਣਾ ਕੰਮ ਹੁੰਦਾ ਵੀ ਮਤਲਬ ਹੋਇਆ ਤੇ ਨੈਣ ਦੀ ਖਵਾਜਾ ਵਿਸਰਿਆ ਵੀ ਗੁਰੂ ਆਪਣੇ ਘਰ ਤੇ ਆਪਾਂ ਆਪਣੇ ਘਰ ਜਿਹਦੇ ਪੇਪਰ ਹੁੰਦੇ ਨਾ ਤੇ ਗੁਰਦੁਆਰੇ ਮੁੰਡੇ ਐਨ ਹੋਣ ਕੇ ਸਵੇਰੇ ਦਹੀਂ ਖਾ ਕੇ ਸੱਚੇ ਪਾਤਸ਼ਾਹ ਪੇਪਰ ਨੇ ਤੇ ਪੇਪਰ ਮੇਰਾ ਦੇਵੀ ਤੂੰ ਪੇਪਰ ਮੇਰਾ ਤੇ ਦੇਵੀ ਤੂੰ ਤੈਨੂੰ ਪਾਸ ਹੋ ਗਿਆ ਨਾ 500 ਦੇ ਕਰਾਵਾਂਗਾ ਠੇਕਾ ਪਰ ਇਹ ਗੱਲ ਪਹਿਲਾਂ ਵੀ ਮਿਲਣੇ ਪਾਸ ਹੋਇਆ ਜਾਂ ਆਇਆ ਨੰਬਰ ਬਾਅਦ ਪੜ੍ਹ ਕੇ ਫਿਰ 500 ਦੀ ਦੇਖ ਜਿੰਨੇ ਦਿਨ ਪੇਪਰ ਹੋਣੇ ਤੈਨੂੰ ਗੁਰਦੁਆਰੇ ਦੇ ਦਿਨ ਪੇਪਰ ਹੋ ਗਏ ਕਹਿਣ ਲੱਗਾ ਵੀ ਗੁਰੂ ਪਾਤਸ਼ਾਹ ਐਗਜ਼ਾਮੀਨੇਸ਼ਨ ਆ ਮੇਰਾ ਵੀ ਖਤਮ ਹੋ ਗਿਆ ਤੂੰ ਆਪਣੇ ਘਰ ਦੇ ਆਪਣੇ ਘਰ
पेपर साढ़े उदो मैं आ जाना सर हूँ मम्मी अपने घर तो मम्मी आराम करना तो गुरुद्वारा तेरा कर दो अपने घर आराम कर ये चलता जा रहा है दुखी काम है गुरु भुल गए ना वो कह लगा कि मना पराई अमान क्यों रखिए जिती ही सुख होए तो गुरु पातशाह ने जाग बने लाया उस दसवंध देना है दसवंध जो आप कहने 500 मोड़ सुखी ठेका नहीं चलता ये तो आप बनाया ना 500 मोड़ का ठेका तो जे गुड़ी के पेपर अठवीं के पेपर ने तो 100 का प्रसाद जे दसवीं के पेपर ने तो 221 का तो जे बीए ने तो 500 का तो जे एम ए फाइनल है तो छके 1100 का रेट बड़े फिक्स किए क्योंकि महंगाई है 1100 का एम ए फाइनल हो जे पहला साल में फेर नहीं फिर 500 चलेगा वो यो जहाँ नहीं सकते वो दसवंध देता से दसवंध कहने लगा मानता की भरोसा मारा तो कि पानी पी की नह बड़ा धर्म बड़ा पापुन धर्म करद्या देरी ना कर पाप करद्या देरी कर क्यों गुरमुखो जो देरी की तो हो सकता घड़ी में मन बदल जाए मन एडा चंद्रा जी एडा मैं हट भी सुना तो मैं कई ने कहा ना सुनाया करो जिन्हें गुरदासपुर में तुंग पेड़ कथा कर गया तो मैं 10 रुपये रागी सिंह भेट करता असल तौर पर भी लोगों ने कहना ज्ञानी जी ने रागी ने पैसे दिए जी नहीं करता देने पे 10 गुरु मथा टेकना क्योंकि 10 दिन मथा टेकना लोगों ने कहना कि एडा बड़ा पुलिस बड़ा भुखा है सारे गुरु मथा नहीं टेकया हूँ तो सब घटता ही कोई सात जने जो 50 रोड में तू बुद्ध रखे तो मैं तेरा भरा 50 गया असलीत गल की हट बीती मैं ये ता सुना कि मेरा पाप गुरु धो के माफ कर दे मैं लोगों को सिखा देना मैं कहा तेरा भरा हो जाए गए तो 30 है राकी सिंह मैं वेख के हट गया इधर आ गया जो मैं कथा कर लगा तो 100-100 के 50-50 के लोग ढेरी उड़ गए तुम गुरु की संगत से मैं कि कहना वार कर मेरा पाप धोता जाए जो बंदा प्राचित करता तू माफ कर देना मैं प्राचित करना मैं अद्धी कथा उन्नी नहीं दी जिन्नी मैं अपने लांत पाई तेरी भुख दूर हो जाए असं एडे कि मिले हाँ साढ़ा मन इन्ना भुखा वगैरह चल भी कोई मने ना पर साढ़े अंदर ये लालच ने इस कर गुरदेव कहना मैं बलम धर्म बलम पापुन पाप करद्या देरी ना धर्म करद्या देरी ना कर की पता मन घड़े में बीमा जाए माड़ा काम करना करते विचार हो सकता भी माड़ा समय टाली जाए न यह बाणी की पंक्ति न बलम धर्म बलम पापों धर्म करद्या देरी ना करते पाप करद्या काढ़ा ना पाओ ओ गुरु का सिख बाबे बकाले साहब आ गया क्योंकि भजन सर पापा पासे बीज बकाले इतने हूँ 1, 2, 3, 4, 5 दो दुए बड़ा मन च विचार करता भी की करा और स्कीम सोची कि दो आप दिखी जाने तो आप पता चल जाएगा वो दो दिखी जाता फिर शीशा दिखे जाते मन कहता भी मना सही होती है बाइया को दो रुपये दे के 44 वो करे के देव क्यों खर्च हो गए बजूर नहीं 44 चले गए 22 गुणा 44 किसी ने पूछा कि होर भी है तो किसी ने आख्या कि हाँ गुरु हरगोबिंद सच्ची पातशाह के सोटी साहबजादे जिन्हें इतने नानके ने ना वो तेग बहादुर घोड़े ने मक्खण शाह ने अपने जेड़ा वह सलाहकार से आख्या मित्रा मेरा मन चाहता तो गल बन गई जो अंदर गया दूजिया दो दो ते गुरु तेग बहादुर पातशाह ने जो 5 रुपये रखे ना 5 मोहर तो गुरदेव जी आख्या कखनी चोला खोल के पासे कोड़ा लगा करके आख्या मखणा गुरु ने पैसे की दुकान नहीं पाई ये दुकान नहीं पैसे की पर तेरे जहाज के किलों का निशान जो मोढ़े ते है फिर की सी मखण कम करके गुरु के चरणों से डिग पिया जिनी माया सी ढेरी कर दी पातशाह कह लगे भरिया पिछा सियाणा मन का मिल जाने ते कहन लगा मेरा कुछ पैकेज नहीं जो कुछ है सो तेरा तेरा कुछ को सौंपते क्या लागे मेरा चुका दा ना जे मेरा कुछ होवे ते रमैया के गुण चेत पुरानी कवन मूत ते कवन दस्तानी उचेते कर फिर की होया मक्खन शाह ने ढोरा दिता
ਗੁਰੂ ਲੱਭ ਰਹੇ ਗੁਰੂ ਲੱਭ ਰਹੇ ਇਹ ਮੈਂ ਸਾਡੀ ਤਾਂ ਤਾਂ ਸਥਾਨ ਤਾਂ ਤੇ ਤਾਂ ਸੁਣਾਉਣਾ ਗੁਰੂ ਕੇ ਸਿੱਖੋ ਸਾਡਾ ਗੁਰੂ ਭੋਰੇ ਵਿੱਚ ਸੀ ਅਸਲੀ ਸਿੱਖ ਨੇ ਭੋਰੇ ਤੋਂ ਗੁਰੂ ਨੂੰ ਪ੍ਰਗਟ ਕਰ ਲਿਆ ਨਕਲੀਆਂ ਨੂੰ ਜੀਰੋ ਕਰ ਦਿੱਤਾ ਅੱਜ ਸਾਡਾ ਗੁਰੂ ਤਖ਼ਤ ਤੇ ਸਵਾਰਮਾਨ ਹੈ ਤਖ਼ਤਾਂ ਦੇ ਮਾਲਕ ਨੂੰ ਛੱਡ ਕੇ ਬਿਆਸਾ ਦਰਿਆ ਡੁੱਬਣ ਨਾ ਜਾਇਆ ਕਰੋ ਇਹ ਨੌ ਟੂ ਬਾਈ ਐਂਡ ਨੌ ਟੂ ਬੂਡੇ ਕਹਿੰਦੇ ਨੇ ਬਿਆਸਾ ਗਿਆ ਫਲਾਣਾ ਮੈਂ ਕਿਹਾ ਡੁੱਬਣ ਗਿਆ ਹੀ ਉਹਨੂੰ ਬਕਾਲਾ ਨਹੀਂ ਚੇਤੇ ਆਇਆ ਬਕਾਲੇ ਵਾਲੇ ਨੇ ਜਹਾਜ ਬੰਨੇ ਲਾਉਣਾ ਹੈ ਵਿਆਸਾ ਵਾਲੇ ਨੇ ਬੇੜਾ ਗਰਕ ਕਰਨਾ ਹੀ ਮੈਨੂੰ ਡਰ ਨਹੀਂ ਕਿਸੇ ਦਾ ਮੈਂ ਸੱਚੇ ਗੁਰੂ ਦਾ ਸਿੱਖ ਹਾਂ ਬਾਬੇ ਬਕਾਲੇ ਨੂੰ ਚੇਤੇ ਰੱਖਿਆ ਕਰੋ ਉਸ ਬਾਬੇ ਬਕਾਲੇ ਦਾ ਮਾਲਕ ਐਸਾ ਤੇ ਸਵਾਇਮਾਨ ਹੈ ਤੇ ਹਿੰਦੁਸਤਾਨ ਦੀ ਸਰਕਾਰ ਜਿਹੜੀ ਨਹਿਰੂ ਮਾਈਂਡਡਨੈਸ ਹੈ ਮੈਂ ਬੜਾ ਪਰੇਸ਼ਾਨ ਬੜਾ ਹੈਰਾਨ ਹੁੰਦਾ ਵੀ ਪਤਾ ਨਹੀਂ ਦਿੱਲੀ ਨੂੰ ਸਿੱਖ ਧਰਮ ਨਾਲ ਕਿਉਂ ਲੱਗੀ ਹੈ ਇੱਕ ਨਵਾਂ ਲਫ਼ਜ਼ ਆਪਾਂ ਨੂੰ ਮਿਲਿਆ ਜੀ ਕਲਟ ਕਲਟ ਤੁਹਾਨੂੰ ਪਤਾ ਨਹੀਂ ਅਜੇ ਤੱਕ ਤੁਹਾਡੇ ਤੱਕ ਗੱਲ ਪਹੁੰਚੀ ਕਿ ਨਹੀਂ ਪਹੁੰਚੀ ਅਯੁੱਧਿਆ ਦਾ ਫੈਸਲਾ ਹੈ ਨਾ ਤੇ ਸਿੱਖਾਂ ਦੇ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਲਟ ਕਲਟ ਭਾਵ ਜਿੱਥੇ ਜਾਣਗੇ ਲੜਾਈ ਝਗੜਾ ਕਰਨਗੇ ਦੰਗਾ ਫਸਾਦ ਕਰਨਗੇ ਇਹ ਸਾਨੂੰ ਨਵਾਂ ਸਰਟੀਫਿਕੇਟ ਮਿਲਿਆ ਇਹਨੂੰ ਨਵਾਂ ਜਦੋਂ ਯਾਦ ਹੋਇਆ ਸੀ ਹਿੰਦੁਸਤਾਨ ਸਾਨੂੰ ਤਾਂ ਜਰਾਇਮ ਪੇਸ਼ਾ ਕੌਮ ਉਹ ਫਿਰ ਧਰਾਇਆ ਗਿਆ 15 ਸਾਲਾਂ 17 ਸਾਲਾਂ ਬਾਅਦ ਕਿ ਕਲਟ ਨੇ ਜਿੱਥੇ ਜਾਣਗੇ ਲੜਾਈ ਕਰਨਗੇ ਉਹਨਾਂ ਨੂੰ ਭੁੱਲ ਗਿਆ ਹਿੰਦੁਸਤਾਨ ਦਾ ਬਾਦਸ਼ਾਹ ਦਾਰੋ ਉਲ ਹਰਬ ਨੂੰ ਦਾਰੋ ਉਲ ਸਲਾਮ ਦਾਰੋ ਉਲ ਸਲਾਮ ਸਾਹਮਣੇ ਤਬਦੀਲ ਕਰਨਾ ਚਾਹੁੰਦਾ ਦਾਰੋ ਉਲ ਹਰਬ ਨੂੰ ਕਨਵਰਟ ਕਰਕੇ ਦਾਰੋ ਉਲ ਸਲਾਮ ਵਿੱਚ ਕਨਵਰਟ ਕਰਨਾ ਚਾਹੁੰਦਾ ਕਿ ਸਾਰੇ ਸਲਾਮ ਸਲਾਮ ਹੋ ਗਏ ਇਹ ਮੰਦਰਾਂ ਦੀਆਂ ਘੰਟੀਆਂ ਨਾ ਹੋਣਾ ਇਹ ਟਲ ਨਾ ਖੜਕਣ ਕੇਵਲ ਤੇ ਕੇਵਲ ਇੱਕ ਆਜ਼ਾਦ ਹੋਏ ਅਡਵਾਈਜ਼ਰ ਤਾਂ ਹੱਥਾਂ ਦੇ ਹੁੰਦੇ ਨੇ ਸਲਾਹਕਾਰ ਸਲਾਹਕਾਰ ਨੂੰ ਪੁੱਛਿਆ ਕਿ ਗੱਲ ਕਿਵੇਂ ਬਣੇਗੀ ਇਤਿਹਾਸ ਦੇ ਮੁਤਾਬਕ ਉਸ ਮੌਕੇ ਜਿਹੜੇ ਸਾਡੇ ਬਹੁਤੇ ਪੜ੍ਹੇ ਲਿਖੇ ਲੋਕ ਸਨ ਇਹ ਕਸ਼ਮੀਰ ਦੇ ਇਲਾਕੇ ਸਨ ਉਦੋਂ ਅੰਗਰੇਜ਼ੀ ਪ੍ਰਚਲਿਤ ਨਹੀਂ ਸੀ ਅਤੇ ਜੇ ਅੱਜ ਦੀ ਭਾਸ਼ਾ ਨੂੰ ਉਦਾਹਰਨ ਕਰੀਏ ਤਾਂ ਜਿਹੜੀ ਸ਼੍ਰੀਨਗਰ ਉਸ ਮੌਕੇ ਯੂਨੀਵਰਸਿਟੀ ਸੀ ਜਿਹਦਾ ਵਾਈਸ ਚਾਂਸਲਰ ਕਿਰਪਾ ਰਾਮ ਬਟਨ ਸੀ ਕਹਿਣ ਲੱਗੇ ਕਿ ਜੇ ਪੜ੍ਹੇ ਲਿਖਿਆ ਤਾਂ ਆਪਾਂ ਕਹਾਂਗੇ ਨਾ ਅਤੇ ਉਹਨਾਂ ਨੇ ਮੁੜ ਕੇ ਆਟੋਮੈਟਿਕਲੀ ਮੋਲਡ ਕਰ ਲੈਣਾ ਜਿਵੇਂ ਪੜ੍ਹੇ ਲਿਖਿਆ ਨਵਾਂ ਪ੍ਰਚਾਰ ਕੀਤਾ ਫਿਰ ਮੰਦਰ ਸਾਹਿਬ ਜਾਣ ਦਾ ਕੋਈ ਫਾਇਦਾ ਨਹੀਂ ਇਸ਼ਨਾਨ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਸੁਣਦੇ ਜੇ ਨਾ ਮੈਨੂੰ ਤਾਂ ਜਿਹੜੀ ਵਟਸਐਪ ਕਹਿੰਦੀ ਮੈਨੂੰ ਤਾਂ ਸੁਣਦੀ ਨਾ ਮੈਨੂੰ ਜਾਚ ਆ ਮੈਂ ਲੋਕਾਂ ਨੂੰ ਉੱਡੀਆਂ ਉਹਦੀਆਂ ਗੱਲ ਸੁਣਦਾ ਮੈਨੂੰ ਜਾਚ ਨਹੀਂ ਸਗੋਂ ਇਸ਼ਨਾਨ ਕਰਨ ਦਾ ਕੀ ਫਾਇਦਾ ਮੈਨੂੰ ਗੁਰੂ ਕੋਲ ਕਿਸੇ ਦਾ ਕੋਈ ਫਾਇਦਾ ਨਹੀਂ ਮੇਰੀਆਂ ਦੋ ਬਿਮਾਰੀਆਂ ਦੂਰ ਹੋਈਆਂ ਜਿਸ ਇਸ਼ਨਾਨ ਕਰ ਲਾ ਇੱਕ ਮੈਂ ਬੇਨਤੀ ਕੀਤੀ ਮੈਨੂੰ ਦਮੇ ਦਾ ਰੋਗ ਸੀ ਅਤੇ ਸੰਤ ਬਾਬਾ ਜਨੈਲ ਸਿੰਘ ਕਹਿਣ ਲੱਗੇ ਗੁਰੂ ਇਸ਼ਨਾਨ ਕਰੋ ਗੁਰੂ ਭਰੀ ਕਰੇਗਾ ਜੇ ਕੋਈ ਪਿੰਡਾਂ ਦੀ ਖਾੜਕੂ ਸਨ ਮੈਂ ਕਹਾਂ ਉੱਥੇ ਕਥਾ ਲੱਗ ਸਾਂ ਅਤੇ ਮੈਂ ਕਹਿੰਦੀ ਮੇਰੇ ਤੇ ਤੂੰ ਹੀ ਚੱਲ ਮੈਂ 83 ਇਸ਼ਨਾਨ ਕੀਤਾ ਜੇ ਮੈਨੂੰ ਰੰਚਕ ਮੱਤ ਰੋਕਦੀ ਜਦੋਂ ਮੈਂ ਸਿੰਘ ਸਾਹਿਬ ਦੀ ਡਿਊਟੀ ਪੜੀ ਦੰਤੀ ਸਿੰਘ ਦੀ ਵੇਦ ਪ੍ਰਕਾਸ਼ ਡਾਕਟਰ ਵਰਗੇ ਅੰਮ੍ਰਿਤਸਰ ਸਾਹਿਬ ਤੋਂ ਹੱਟ ਦਾ ਸਪੈਸ਼ਲ ਸੀ ਮੈਨੂੰ ਦਰਦ ਨਜ਼ਰ ਕੋਲ ਗਿਆ ਅਤੇ ਮੈਨੂੰ ਕਹਿੰਦਾ ਗਿਆ ਨਹੀਂ ਤੁਹਾਡਾ ਇਤਵਾਰ ਬੰਦ ਆ 15 ਦਿਨ ਨੂੰ ਆਉਣਾ ਇਹਦੀ ਕਿਰਪਾ ਹੋਈ ਨੰਬਰ 3 ਕਾਰਨ ਕਰਿੰਦਾ ਮੈਂ ਡਿਊਟੀ ਦੇ ਕੇ ਜਦੋਂ ਪਰਿਕਰਮਾ ਕਰਦਾ ਬੁੱਕ ਭਜੀ ਮੇਰੀ ਕੋਲ ਆਇਆ ਅਤੇ ਸਾਡੇ ਉੱਥੇ ਬੀਬੀ ਪੱਕੇ ਤੌਰ 'ਤੇ ਆਉਂਦੀ ਮੈਥੋਂ ਲੱਗਣ ਤੋਂ ਪਹਿਲਾਂ ਪੁਰਾਣੀ ਤੋਂ ਦਿਲੁਕ ਚੁੱਕੀ ਹੈ ਸ਼ਮਸ਼ੀਰ ਉਹਦਾ ਨਾਂ ਹੈ ਪਾਣਾ ਰੱਬ ਦਾ ਬੁੱਕ ਭਜੀ ਮੇਰੀ ਕੋਲ ਮੈਨੂੰ ਮਿਲ ਗਈ ਅਤੇ ਥੱਲੇ ਉਹ ਪਤਾ ਫੜਿਆ ਅਤੇ ਕਹਿੰਦੀ ਗਿਆਨੀ ਜੀ ਤੁਸੀਂ ਸਾਨੂੰ ਬਾਣੀ ਤਾਂ ਸੁਣਾਉਂਦੇ ਹੋ ਅਤੇ ਭੈਣ ਦੇ ਆ ਕੇ ਪਤਾ ਖਾ ਲਓ ਇਹ ਗੁਰੂ ਕੋ ਮੇਰੀ ਹੱਡ ਵਾਪਰੀ ਜੀ ਮੈਂ ਗੁਰੂ ਦੀ ਸੰਗਤ ਕਹਿ ਰਿਹਾ ਜਿਹੜੇ ਕਹਿੰਦੇ ਇਸ਼ਨਾਨ ਨਾ ਕਰੋ ਜਿਹੜੇ ਕਹਿੰਦੇ ਬਾਣੀ ਪੜ੍ਹਨ ਦਾ ਕੀ ਫਾਇਦਾ ਮੈਨੂੰ ਫਾਇਦਾ ਆ ਮੈਨੂੰ ਕਿਹਦਾ ਪਤਾ ਨਹੀਂ ਮੈਨੂੰ ਹੋਇਆ ਜੀ ਦਮਾਂ ਦਮਾਂ ਨਾਲ ਜਾਂਦਾ ਮੈਂ 9 ਬਰਨੋਇਆ ਇਸ਼ਨਾਨ ਜਪੁਜੀ ਸਾਹਿਬ ਦੇ ਪਾਠ ਕਰਾ ਡਾਕਟਰ ਵੇਦ ਪ੍ਰਕਾਸ਼ ਕਹਿੰਦਾ ਵੀ ਤੁਹਾਡਾ ਬਾਹਰੋਂ ਪਾਉਂਦਾ ਅਤੇ ਮੈਨੂੰ ਬੀਬੀ ਕਹਿਣ ਲੱਗਿਆ ਜੀ ਪਤਾ ਕਹੋ ਤੁਸੀਂ ਗੁਰੂ ਘਰ ਦੇ ਸੇਵਾਦਾਰ ਹੋ ਮੈਂ ਪਤਾ ਕਹਿੰਦਾ ਡਾਕਟਰ ਕੋਲ ਗਿਆ ਉਹਨੇ ਚੈੱਕ ਕੀਤਾ ਕਹਿੰਦਾ ਗਿਆਨੀ ਜੀ ਤੁਹਾਨੂੰ ਭੋਰਾ ਜੀ ਨੁਕਸਣੀ ਮੈਂ ਦਵਾਈ ਦੇਣ ਲੱਗਾ ਤੁਸੀਂ ਇਹਨੂੰ ਸੁੱਟ ਦਿਓ ਇਹਨੂੰ ਖਾ ਲਓ ਤਸੱਲੀ ਵੀ ਕੇਵਲ ਅਤੇ ਕੇਵਲ ਤਾਕਤ ਦੀ ਦਵਾਈ ਹੈ ਤੁਸੀਂ ਬਿਲਕੁਲ ਠੀਕ ਹੋ ਇਹ ਦੋ ਦੀ ਗੱਲ ਜੇ 17 ਸਾਲ ਹੋ ਗਏ ਗੁਰੂ ਕੋ ਦਿਲ ਮੇਰਾ ਰੋਮ ਬਣਾ ਰਹੇ ਏਡਾ ਵੱਡਾ ਡਾਕਟਰ ਜੇ ਗੁਰੂ ਰਾਮਦਾਸ ਜਿਹੜੇ ਕਹਿੰਦੇ ਇਸ਼ਨਾਨ ਨਾ ਕਰੋ ਕੀ ਬਾਣੀ ਗਲਤ ਹੈ ਰਾਮਦਾਸ ਸਰੋਵਰ ਨਹਾਤੇ ਸਭ ਨਾਥੇ ਪਾਪ ਮਾਤੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਮਾਤੇ ਪੜ੍ਹੇ ਲਿਖੇ ਗੁਰੂ ਕਿਰਪਾ ਕਰੇ ਵਿਦਿਆ ਵਿਚਾਰੀ ਤਾਂ ਕਰੋ ਪੁਕਾਰੀ
ਵਿਦਿਆ ਬਾਣੀ ਨੂੰ ਵਿਦਨਮ ਕਹਿੰਦੇ ਜਾਣਨ ਨੂੰ, ਪਰ ਜਾਣੀਏ ਕਰਤਾਰ ਨੂੰ ਅਗਿਆਨ ਨਾ ਜਾਣੀਏ। ਕਹਿਣ ਲੱਗੇ ਉਹਨਾਂ ਪੜ੍ਹਿਆ ਲਿਖਿਆ ਨੂੰ ਮੋਲਡ ਕਰੋ। ਸੰਪਰਕ ਕੀਤਾ ਉਸ ਮੌਕੇ ਕਸ਼ਮੀਰ ਦਾ ਗਵਰਨਰ ਸ਼ੇਰ ਹੁਦਾਨ ਸੀ, ਪੜ੍ਹਿਆ ਕੇ ਨਾਲ ਮੀਟਿੰਗ ਹੋਈ। ਉਹ ਕਹਿਣ ਲੱਗੇ ਜੀ ਸਾਨੂੰ ਅਮਰਨਾਥ ਜਾ ਕੇ ਅਰਦਾਸ ਬੇਨਤੀ ਕਰ ਲੈਣ ਦਿਓ, ਸਾਨੂੰ 6 ਮਹੀਨੇ ਦਾ ਟਾਈਮ ਦਿਓ। ਕਿਰਪਾ ਰਾਮ, ਮੈਂ ਇਸ ਗੱਲ ਨੂੰ ਬੜਾ ਹੈਰਾਨ ਹਾਂ ਕਿ ਉਹ ਧਾਰਮਿਕ ਪੜ੍ਹੇ ਲਿਖੇ ਲੋਕ ਵੀ ਰੱਬ 'ਤੇ ਵਿਸ਼ਵਾਸ ਕਰਦੇ ਸਨ। ਕਿਰਪਾ ਰਾਮ ਆਪਣੇ ਸਾਥੀਆਂ ਦੇ ਸਮੇਤ ਅਮਰਨਾਥ ਮੰਦਿਰ ਗਏ। ਸੰਤ ਕਰਤਾਰ ਸਿੰਘ ਨੇ ਆਪਣੇ ਚਾਚਾ ਜੀ ਕੋਲੋਂ ਸੁਣਿਆ, ਕਹਿੰਦੇ ਕਿ ਉਹਨਾਂ ਨੂੰ ਅਮਰਾਵਤੀ ਭਾਸ਼ਾ ਵਿੱਚ ਇੱਕ ਚਿੱਠੀ ਮਿਲੀ। ਫਿਰ ਤਰਕ ਵਾਲਾ ਤਰਕ ਕਰਿਆ, ਗਿਆਨੀ ਕਿ ਰੱਬ ਨੇ ਪ੍ਰਿੰਟਿੰਗ ਪ੍ਰੈਸ ਲਾਈ ਸੀ, ਚਿੱਠੀ ਕਿੱਥੋਂ ਮਿਲੀ? ਇਹਦਾ ਜਵਾਬ ਹੈ ਕਿ ਜੇ ਇਸਲਾਮ ਦੇ ਮੁਤਾਬਕ ਕੁਰਾਨ ਵਿੰਝਾਂ ਵਿੱਚ ਆ ਸਕਦਾ ਹੈ ਤਾਂ ਚਿੱਠੀ ਕਿਉਂ ਨਹੀਂ ਆ ਸਕਦੀ? ਤੁਸੀਂ ਕਿਸੇ ਮੁਸਲਮਾਨ ਭਰਾ ਨਾਲ ਗੱਲ ਕਰੋ, ਉਹ ਕਹਿੰਦੇ ਕੁਰਾਨ ਵਿੰਝਾਂ ਦੇ ਰੂਪ ਵਿੱਚ ਉਤਰਿਆ। ਜੇ ਕੁਰਾਨ ਵਿੰਝਾਂ ਦੇ ਰੂਪ ਉਤਰਿਆ ਤੇ ਅਮਰਾਂ ਦੀ ਭਾਸ਼ਾ ਵਿੱਚ ਚਿੱਠੀ ਨਹੀਂ ਆ ਸਕਦੀ? ਉਹਨੂੰ ਤੁਸੀਂ ਆਕਾਸ਼ ਪਾਣੀ ਕਹਿ ਦਿਓ, ਉਹਨੂੰ ਚਿੱਠੀ ਕਹਿ ਦਿਓ। ਉਹਦੇ 'ਚ ਇਹ ਲਿਖਿਆ ਸੀ ਕਿ ਜੇ ਇਸ ਮੌਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਹ ਤੁਹਾਡੀ ਬਾਹ ਫੜ ਸਕਦੇ, ਉਹਨਾਂ ਕੋਲ ਜਾਓ ਤੇ ਮਸਲਾ ਨੂੰ ਵਰਨਾ ਇਸ ਦੀ ਯੋਗ ਹੀ ਨਹੀਂ। ਉਹ ਕਿਰਪਾ ਰਾਮ 516 ਮਨੁੱਖਾਂ ਦੇ ਸਮੇਤ 516 ਗਿਣਤੀ ਲਿਖੀ ਹੈ, 500 ਸਾਡੇ ਵਰਗੀ ਆਮ ਜਨਤਾ, 16 ਬੁੱਧੀਜੀਵੀ ਕਹਿ ਲਓ, ਪੜ੍ਹੇ ਲਿਖੇ ਵੈਲ ਐਜੂਕੇਟਡ, ਉਹ ਇੱਥੇ ਆਏ। ਮੇਰੇ ਚੋਜੀ ਪ੍ਰੀਤ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਉਸ ਮੌਕੇ ਉਮਰ 68 ਸਾਲ ਸੀ ਜਦੋਂ ਇਹ ਘਟਨਾ ਵਾਪਰੀ ਹੈ। ਜਦੋਂ ਪੜ੍ਹਦਾ ਹੈ ਉਸ 68 ਸਾਲ ਸੀ ਉਸ ਸਮੇਂ ਪਾਤਸ਼ਾਹ ਨੇ ਆਖਿਆ ਕਿ ਗੁਰੂ ਨੂੰ ਕੋਈ ਨਹੀਂ, ਘਬਰਾਓ ਨਾ, ਹੌਸਲਾ ਕਰੋ, ਗੁਰੂ ਨਾਨਕ ਦਾ ਘਰ ਹੈ, ਖਾਲੀ ਤੋਂ ਜਾਓ ਅੱਗੇ ਬੈਠ ਜਾਓ। ਬਾਲਾ ਪ੍ਰੀਤ ਨੂੰ ਆਏ ਤੇ ਕਹਿਣ ਲੱਗੇ ਬਾਪੂ ਜੀ ਕੌਣ ਲੋਕ ਨੇ, ਇਹ ਕੀ ਕਹਿੰਦੇ ਨੇ? ਤੇ ਮੇਰੇ ਪਾਤਸ਼ਾਹ ਕਹਿੰਦੇ ਲਾਲ ਜੀ ਇਹ ਕਸ਼ਮੀਰੀ ਪੰਡਿਤ ਨੇ, ਇਹ ਕਸ਼ਮੀਰੀ ਬ੍ਰਾਹਮਣ ਨੇ, ਇਹਨਾਂ ਦੇ ਧਰਮ ਨੂੰ ਖਤਰਾ ਹੈ। ਇੱਥੇ ਪੰਡਿਤ ਤੇ ਬ੍ਰਾਹਮਣ ਦੀ ਵਿਆਖਿਆ ਵੀ ਕੀਤੀ, 100 ਪੰਡਿਤ ਤੇ ਵਰ ਪ੍ਰਭੁਦੇ ਬ੍ਰਹਮ ਕਹਿੰਦੇ ਤੇ ਸਾ ਬ੍ਰਹਿ ਨਾਤਰ ਹੈ, ਜਿਹਨੂੰ ਕਹਿੰਦੇ ਬ੍ਰਹਮ ਜਨੰਤੀ ਦੀ ਬ੍ਰਾਹਮਣ, ਬ੍ਰਹਮ ਨੂੰ ਜਾਣਨ ਵਾਲਾ ਬ੍ਰਾਹਮਣ ਹੈ, ਪੇਖ ਨਾਲ ਨਹੀਂ। ਪੰਡਿਤ ਉਹ ਹੈ ਜਿਹੜਾ ਪਹਿਲਾਂ ਮਨ ਨੂੰ ਸਿੱਖਿਆ ਦੇ ਦਿੰਦਾ। 100 ਪੰਡਿਤ ਜੋ ਵਰ ਪ੍ਰਭੁਦ ਹੈ, 100 ਪੰਡਿਤ ਜੋ ਤਿਆਂ ਗੁਣਾ ਕੀ ਪੰਡ ਉਤਾਰੇ, ਜਿਹੜਾ ਅਜੋ ਤਮੋ ਸਦੋ ਗੁਣ ਤੋਂ ਉੱਪਰ ਉਹ ਪੰਡਿਤ ਹੈ, ਕੇਵਲ ਪੇਖ ਨਾਲ ਨਹੀਂ, ਪ੍ਰੈਕਟੀਕਲ ਲਾਈਫ। ਕਹਿਣ ਲੱਗੇ ਲਾਲ ਜੀ ਇਹਨਾਂ ਦੇ ਧਰਮ ਨੂੰ ਖਤਰਾ ਹੈ, ਤੇ ਜੇ ਕੋਈ ਇਹਨਾਂ ਵਾਸਤੇ ਕੂਟ ਮਹਾਂਪੁਰਖ ਆਪਣੀ ਕੁਰਬਾਨੀ ਕਰੇ ਤੇ ਧਰਮ ਬਚ ਸਕਦਾ ਹੈ। ਸਦਕੇ ਜਾਵਾਂ ਕਲਗੀ ਧਰ ਪਾਤਸ਼ਾਹ ਤੇ ਨਮਸਕਾਰ ਕਰੋਣਾ ਹੋਇਆ। ਕਹਿਣ ਲੱਗੇ ਬਾਪੂ ਜੀ ਫਿਰ ਤਾਂ ਕਰ ਬਣ ਗਈ, ਕਿਵੇਂ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੈ? ਇਵੇਂ ਵਰਤ ਗੰਬੜਾ ਅਕੇਲਾ ਨਹੀਂ ਕਿਹਾ ਭਾਈ ਗੁਰਦਾਸ ਸਿੰਘ ਨੇ, 68 ਸਾਲ ਦੀ ਉਮਰ ਤੇ ਆਪਣੇ ਬਾਪੂ ਦੇ ਗਲ ਵਿੱਚ ਬਾਹਾਂ ਪਾ ਕੇ ਕਹਿੰਦੇ ਬਾਪੂ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੈ? ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਲਾਲ ਜੀ ਤੇਰਾ ਭਰਾ ਕੋਈ ਨਹੀਂ ਸਕਾ, ਤੇਰਾ ਕੀ ਬਣੇਗਾ? ਕਹਿੰਦੇ ਬਾਪੂ ਜੀ ਮੇਰਾ ਰਾਖਾ ਅਕਾਲ ਪੁਰਖ ਹੈ, ਪਰ ਮੈਂ ਇਹਨਾਂ ਨੂੰ ਦੁਖੀ ਵੇਖ ਨਹੀਂ ਸਕਦਾ। ਇਸ ਥਾਂ ਤੋਂ ਸਾਡੇ ਬਾਪੂ ਨੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਲੀ ਨੂੰ ਭੇਜਿਆ, ਤੇ ਆਪਾਂ ਪੜ੍ਹਦੇ ਹਾਂ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਰਹੂ ਆਨ, ਕਿਸੇ ਨੇ ਉਹਨਾਂ ਵਰਗੀ ਕਿਰਿਆ ਨਹੀਂ ਕੀਤੀ। ਕਾਰਨ ਕਾਤਲ ਮਕਤੂਬ ਵਾਲੇ ਪਾਸੇ ਵੱਲ ਜਾਂਦਾ, ਜਿਹਨੇ ਕਤਲ ਕਰਨਾ ਹੁੰਦਾ ਉਹ ਲੱਭਦਾ ਪਤਾ ਨਹੀਂ ਕਤਲ ਕਰਨਾ ਹੋਵੇ ਕਿੱਥੇ ਹੈ। ਇਹ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਪਹਿਲੀ ਘਟਨਾ, ਜਿਹੜਾ ਮਕਤੂਰ ਹੈ ਉਹ ਕਾਤਲ ਵਾਲੇ ਪਾਸੇ ਵੱਲ ਚੱਲ ਕੇ ਆ ਰਿਹਾ ਵੀ ਮਿੱਤਰਾ ਮੈਨੂੰ ਤੇਰਾ ਡਰ ਮਿਲੂਗਾ। ਉੱਥੇ ਲਿਖਿਆ ਮੇਰੇ ਪਾਤਸ਼ਾਹ ਮੂਲ ਜਵਾਬ ਦਿੱਤਾ ਸਾਨੂੰ ਨਹੀਂ ਇਸਲਾਮ ਪ੍ਰਵਾਨ ਸ਼ਾਹ, ਕੀਤਾ ਦੋਵਾਂ ਦਾ ਇੱਕ ਤੂੰ ਲੋੜ ਹੈ ਕਰਨੇ ਦੋ ਦੇ ਤਿੰਨ ਭਗਵਾਨ ਸ਼ਾਹ। ਤੂੰ ਤਾਂ ਚਾਹੁੰਦਾ ਨਾ ਵੀ ਦੋ ਤੋਂ ਇੱਕ ਹੋ ਜਾਏ, ਪਰ ਕਿਸੇ ਦੇ ਵੱਸ ਦੀ ਬਾਤ ਨਹੀਂ, ਕਰਤਾਰ ਨੇ 2 ਤੋਂ 3 ਕਰਨੇ ਨੇ 3। ਉੱਥੇ ਗਿਆਨੀ ਤੁਸੀਂ ਕਥਾ ਸੁਣਦੇ ਹੋ ਕੇਸਗੜ੍ਹ ਸਾਹਿਬ ਗੁਰੂ ਪ੍ਰਤਾਪ ਗ੍ਰੰਥ ਦੀ,
ਉੱਥੇ ਲਿਖਿਆ ਕਿ ਪਾਤਸ਼ਾਹ ਨੇ ਪੰਜ ਮਣ ਪੱਕੀਆਂ ਕਾੜੀਆਂ ਮਿਰਚਾਂ ਮੰਗਾਈਆਂ, ਕਹਿੰਦੇ ਇਹਨੂੰ ਅਗਨੀ ਦਿਓ। ਸਾੜਿਆ ਭਸਮ ਕੀਤਾ। ਜਦੋਂ ਛਾਣੀਆਂ ਦੇ ਵਿੱਚੋਂ ਤਿੰਨ ਸਾਬਤ ਕਹਿਣ ਲੱਗੇ, ਵੇਖ ਲਾ ਰੱਬ ਨੂੰ ਤਿੰਨ ਮਨਜ਼ੂਰ ਹੀ। ਅਸੀਂ ਈਸਾਈਆਂ ਦੀ ਗੱਲ ਪੜ੍ਹਦੇ ਹਾਂ, ਮੈਂ ਕਿਸੇ ਨੂੰ ਖੰਡਨ ਮੰਡਨ ਨਾ ਕਰਾਂ। ਚੇਲਿਆਂ ਨੇ ਆਖਿਆ ਕਿ ਅਸੀਂ ਨਹੀਂ ਜਾਣਦੇ ਇਹਨੂੰ, ਸਾਡੀ ਜਾਨ ਛੱਡੋ। ਆਪਾਂ ਕਹਿੰਦੇ ਨਾ ਤਿੰਨਾਂ ਚੋਂ ਤੇਰਾਂ ਚੋਂ, ਇਹ ਤਾਂ ਕਹਿੰਦੇ ਵੀ ਖਿਸਕੇ ਵਿੱਚੋਂ ਕਿੰਨੇ ਕਿੰਨੇ, ਉਹਨਾਂ ਦੀ ਗਿਣਤੀ ਲਿਖੀ। ਤਿੰਨ ਤੇ ਤੇਰਾਂ ਦਾ ਵਿਆਖਿਆ ਦਾ ਟਾਈਮ ਨਹੀਂ, ਸੂਈ ਟਿਕਾਣੇ 'ਤੇ ਆ ਗਈ। ਜਿਹੜੀ ਕੌਮ ਦਾ ਟੀਚਰ ਪੂਰਾ ਨਹੀਂ, ਜਿਹੜੀ ਕੌਮ ਦੇ ਵਿਦਿਆਰਥੀ ਮੁਕਾਬਲੇ ਨੂੰ ਕੁਝ ਬਾਤ ਕਦੇ ਚੱਲੀ ਵੀ ਨਹੀਂ, ਇਸ ਡੈਸਨ ਨੂੰ ਪਕਾਉਣ ਲਈ ਲਾਹੌਰ ਦੀ ਰਾਜਧਾਨੀ ਵਿੱਚ ਤੱਤੀ ਤਵੀ ਤੇ ਉਸ ਗੁਰੂ ਨੇ ਪੰਨੇ ਜਾਮੇ 'ਚ ਪੂਰਨੇ ਪਾਏ। ਪੂਰਨੇ ਜਿਹਨੂੰ ਤੁਸੀਂ ਕਹਿੰਦੇ ਡਿਪਟੇਸ਼ਨ, ਸਾਡੇ ਮੁਲਕ 'ਚ ਨਿੱਕੀ ਪੜ੍ਹਦੇ ਸਰ, ਅਸੀਂ ਕਹਿੰਦੇ ਸਾਡੇ ਮੁਲਕ 'ਚ ਪੂਰਨੇ ਕਹਿੰਦੇ ਪੂਰਨੇ ਪਾਉਣੇ। ਹੁਣ ਮੈਂ ਉਸਨੂੰ ਡਿਪਟੇਸ਼ਨ ਕਹਿਣ ਲੱਗ ਪਏ, ਸਾਨੂੰ ਪਤਾ ਵੀ ਕੀ ਬਿਠਾ ਦੀ ਡਿਪਟੇਸ਼ਨ, ਅਸੀਂ ਤਾਂ ਪੂਰਨੇ ਜਾਣਦੇ ਕਿ ਥੱਲੇ ਪ੍ਰਿੰਸੀਪਲ ਲਿਖਣੇ ਅਤੇ ਮੁੜ ਕੇ ਵਿਦਿਆਰਥੀ ਨੂੰ ਪੂਰ ਪੂਰ ਕਰਮ ਫੇਰੀ ਝਾੜੀ। ਪੰਜਾਬ ਦੀ ਰਾਜਧਾਨੀ ਵਿੱਚ ਮਾਸਟਰ ਸਾਡੇ ਗੁਰਦੇਵ ਨੇ, ਮਾਸਟਰ ਕਹਿਣਾ ਵੀ ਗਲਤੀ ਕਾਕਾ, ਮੈਂ ਕਦੇ ਭੁੱਲਣਾ ਚਾਹਾਂ, ਸਾਡੇ ਕਿੰਨੀਆਂ ਕੁਰਾਨ ਲਿਖਿਆ 10 ਮਾਸਟਰ ਜੇ, ਗੁਰੂ ਨੂੰ ਮਾਸਟਰ ਕਹਿਣਾ, ਗੁਰੂ ਦੀ ਸੱਟ ਜੇ ਤੂੰ ਸੰਤਾਨ ਕਾਂ ਹੋਣੀਆਂ, ਗੁਰਦੇਵ ਨੂੰ ਮਾਸਟਰ ਕਹਿਣਾ ਗੁਰਮਤੇ ਮੇਲ ਨਹੀਂ ਖਾਂਦਾ। ਜੋ ਮਾਸਟਰ ਪੜ੍ਹਾਉਂਦਾ ਤੇ ਆਪਣੇ ਬੱਚੇ ਨੂੰ ਕਹਿੰਦਾ ਕਾਕਾ ਮੈਂ ਤੈਨੂੰ ਇੰਨਾ ਇੰਟੈਲੀਜੈਂਟ ਬਣਾ ਦਿੰਦਾ, ਤੂੰ ਦੁਨੀਆਂ ਦੇ ਕਿਸੇ ਕੋਨੇ ਵਿੱਚ ਜਾ ਤੈਨੂੰ ਗੁਲਵਾ ਨਹੀਂ ਸਕਦਾ। ਮਾਸਟਰ ਹੰਕਾਰ ਭਰਦਾ। ਜਿਹੜਾ ਗੁਰੂ ਹੈ ਨਾ, ਜਦੋਂ ਗੁਰੂ ਘੜਾਉਣੇ ਆ, ਗੁਰੂ ਸਭ ਤੋਂ ਪਹਿਲਾਂ ਕਹਿੰਦਾ ਵੀ ਆਪਣਾ ਸਿਰ ਖਾਲੀ ਕਰਦੇ ਇੱਥੇ, ਖਾਲੀ ਕਰਕੇ ਹੌਲਿਆਂ ਕਰਕੇ ਤੇ ਮੁੜ ਕੇ ਗੁਰੂ ਆਪਣੀ ਮੱਤ ਦਿੰਦਾ। ਮਨ ਕੀ ਮੱਤ ਤਿਆਗੋ ਹਰ ਜਨ, ਗੁਰੂ ਅੱਗੇ ਮੱਥਾ ਟੇਕਣ ਦਾ ਦਸਾਂ ਪੰਜਾਂ ਦੀ ਗੱਲ ਨਹੀਂ, ਇਹਦਾ ਮਤਲਬ ਕੀ ਕੋਈ ਨਹੀਂ, ਇਹਦਾ ਸਾਡਾ ਕੌਮੀ ਫੰਡ ਹੈ, ਲੋੜਵੰਦਾਂ ਦੀ ਮਦਦ ਲਈ 100 ਮੱਥਾ ਟੇਕੀਏ 5, ਇਹਦਾ ਗੁਰੂ ਨੂੰ ਫਰਕ ਨਹੀਂ ਪੈਂਦਾ। ਸਾਡੀ ਸਾਂਝ ਗੁਰੂ ਨੂੰ ਮਨ ਭੇਟ ਕਰਨ ਦੀ, ਮਨ ਵੇਚੇ ਸਤਿਗੁਰ ਕੇ ਪਾਸ, ਤੇ ਬਾਣੀ ਕਹਿੰਦੀ ਹੈ ਮਨ ਕੀ ਮੱਤ ਤਿਆਗੋ ਹਰ ਜਨ, ਇਹ ਬਾਤ ਕਠੈਨੀ, ਇਹ ਕੰਮ ਔਖਾ ਬੜਾ। ਉੱਥੇ ਪੰਜਾਬ ਦੀ ਰਾਜਧਾਨੀ ਤੱਤੀ ਤਵੀ ਦੇ ਪੂਰਨੇ ਪਾਏ, ਉੱਥੇ ਦੇਵ ਉਬੜਿਆ ਗੁਰੂ ਨਾਨਕ ਪੰਨੇ ਜਾਮੇ 'ਚ। ਉਹ ਛੋਟਾ ਸੀ ਨਾ ਇੱਕ ਪੰਜਾਬ ਦਾ ਸੂਬਾ, ਪੰਜਾਬ ਦੀ ਰਾਜਧਾਨੀ, ਅੱਜ ਹਿੰਦੁਸਤਾਨ ਦੀ ਰਾਜਧਾਨੀ 'ਚੋਂ ਗੁਰੂ ਨਾਨਕ ਨਾਵੇਂ ਜਾਮੇ 'ਚ ਆਪਣੇ ਵਿਦਿਆਰਥੀਆਂ ਕੋਲ ਲੈਸਨ ਸੁਣ ਲਿਆ। ਕਿਹੋ ਜਿਹਾ ਲੈਸਨ? ਕਿਸੇ ਨੂੰ ਤੱਤੀ ਮਾਫ ਕਰਨਾ, ਉਬਲਦੀ ਦੇਵ ਉਠਾਉਣਾ, ਕਿਸੇ ਨੂੰ ਆੜੇ ਨਾਲ ਚੀਰਨਾ, ਕਿਸੇ ਨੂੰ ਰੂਹਾਂ ਲਪੇੜ ਕੇ ਸਾੜਨਾ। ਕਿੰਨੇ ਪਾਸ ਹੋਏ ਜਲਾਦ ਨੂੰ ਪਹਿਲਾ ਵਿਦਿਆਰਥੀ ਮੋਨੀਟਰ ਕਹਿਣ ਲੱਗਾ, ਮੋਨੀਟਰ ਆਪਣੀ ਬੋਲੀ ਅੱਗੇ ਕਹਿਣ ਲੱਗਾ, ਜਲਾਦਾ ਵੀ ਕੰਪੀਟੀਸ਼ਨ ਹੈ, ਤੂੰ ਆੜੇ ਨੂੰ ਡਿੱਗਿਆ ਕਰ। ਮੈਂ ਮਨ ਨੂੰ ਡਿੱਗਿਆ ਕਰ ਤੇ ਕਹਿਣ ਲੱਗੇ ਤੇਰੀ ਕੁਅੰਤਮ ਖਾਸ਼। ਕਹਿਣ ਲੱਗਾ ਹਾਂ ਕਮਜ਼ੋਰ, ਮੈਨੂੰ ਪਰਚੀਆਂ ਦਾ ਪਾਸ ਹੋਣਾ ਪਏਗਾ। ਕਿਹੜੀ ਪਰਚੀ? ਮੇਰਾ ਮੂੰਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਿੰਜਰੇ ਵੱਲ ਕਰ ਦਿਓ, ਕੀ ਕਰੇਗਾ ਇਹਦੇ ਨਾਲ? ਕਹਿਣ ਲੱਗਾ ਗੁਰੂ ਕੇ ਦਦਾਰ ਕਰਾਂਗਾ, ਮੇਰੇ ਅੰਦਰ ਐਨਰਜੀ ਆਏਗੀ, ਐਨਰਜੀ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੋਗ ਬਦਾਰਿਓ। ਪੜ੍ਹਿਆ ਲਿਖਿਆ ਦੀ ਬੋਲੀਅਰ ਟੂ ਗੇਜ਼ਨ, ਜਦੋਂ ਗੁਰੂ ਨਿਗਾਹ ਭਰਾ ਭਰ ਕੇ ਵੇਖੇਗਾ ਮੈਨੂੰ ਦੁਖੀ ਨਹੀਂ ਹੋਏਗਾ। ਕਟਾਕ ਦਾ ਤੂੰ ਨਿਗਾਹ ਭਰ ਕੇ ਵੇਖਣਾ, ਅੰਗਰੇਜ਼ੀ ਕਹਿੰਦੇ ਟੂ ਗੇਜ਼ਨ, GAZ-I-N-G। ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਤੇ ਪਾਠ ਆਇਆ, ਸਰੀਰ ਤੋਂ ਪਾੜ ਹੋ ਗਿਆ ਪਰ ਬਾਣੀ ਉੱਡੀ ਨਹੀਂ। ਦੂਸਰੇ ਨੰਬਰ ਦੇ ਗੁਰੂ ਘਰ ਦਾ ਗ੍ਰਹਿ ਮੰਡਲੀ ਕਹਿ ਰਹੇ ਸਭ ਤੋਂ ਤਬਾਹ ਜੋ ਸੀ, ਤੁਸੀਂ ਕਿਤੇ ਤੁਹਾਡੇ ਕੋਲ ਆਪਣੇ ਕੋਲ ਸਿੱਖ ਪੰਥ ਭੁਲਮਨਾ ਮੇ ਸਾਂਭ ਕੇ ਰੱਖੇ ਨੇ। ਜਦੋਂ ਪਾਤਸ਼ਾਹ ਨੇ ਉਹਨੂੰ ਢਾਕੇ ਤੋਂ ਪਟਨਾ ਸਾਹਿਬ ਭੇਜਿਆ ਨਾ, ਨਵੇਂ ਪਾਤਸ਼ਾਹ ਦਾ ਹੁਕਮਨਾਮਾ, ਕਹਿੰਦੇ ਪਟਨਾ ਦੀ ਸੰਗਤ ਗੁਰੂ ਰੱਖੇਗਾ, ਦਿਆਲ ਦਾਸ ਨੂੰ ਮੇਰਾ ਰੂਪ ਕਰਕੇ ਜਾਣਨਾ, ਮੇਰੇ ਤੇ ਦਿਆਲ ਦਾਸ ਮੈਂ ਕਾਈ ਭੇਦ ਨਹੀਂ। ਕਿੱਡੀ ਵੱਡੀ ਗੱਲ ਹੈ, ਤੁਸੀਂ ਜਿੱਥੋਂ ਵਿਦਿਆਰਥੀ ਹੋ, ਪਟਨਾ ਦੀ ਸੰਗਤ ਗੁਰੂ ਰੱਖੇਗਾ, ਦਿਆਲ ਦਾਸ ਨੂੰ ਮੇਰਾ ਰੂਪ ਕਰਕੇ ਜਾਣਨਾ, ਦਿਆਲ ਦਾਸ ਦੇ ਮੇਰੇ ਵਿੱਚ ਕਾਈ ਫਰਕ ਨਹੀਂ। ਇਹ ਕੇਵਲ ਗੱਲ ਕੀ ਗੱਲ ਹੀ ਨਹੀਂ ਬਣੀ, ਮਨੁੱਖ ਘਰ ਇੱਥੇ ਮੁੱਕੀ ਨਹੀਂ, ਫਰਕ ਹੋਇਆ ਨਾ, ਕਿਵੇਂ ਫਰਕ ਆਪਾਂ ਕਵਾਂਗੇ? ਉਹ ਦਿਆਲ ਦਾਸ ਅੱਜ ਉੱਭਰਦੀ ਦੇਗ ਵਿੱਚ ਬੈਠਾ ਹੈ। ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ, 24 ਅਸਪਤੀਆਂ ਨੇ, 24 ਸ਼ਲੋਕ ਨੇ,
आठ आठ कौड़ियां ने एक एक पशुपति दस दस पंक्तियां ने राव केवल एक है कभी अस्पे राव एक किथे सुखमरी सुख हम प्रभ नाम गुरु के सिखो जे सुख है ना ते परमात्मा के नाम कुबर दी देख भी मेरे मन अशांत नहीं कर सकती तीजे नंबर ते उदों रूह सी रासी दिल्ली ने अपनी गल नूं पीड कीता हुण रूह नहीं मिली ते उहदा सानूं टैरां ने पा पा के साड़िया दिल्ली तेनूं अग लग जाए मैं दिल्ली नाल उलट नहीं मैं गुस्से नाल नहीं बोले।